ਕੱਟਰੀਏ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਰਕ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਇੱਕ ਪਾਸੇ ਤਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲਗਾਤਾਰ ਧਰਨਾਕਾਰੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਮੰਲੀਆਂ ਹੋਈਆਂ ਲੋਕ ਪਰੇਸ਼ਾਨ ਹੁੰਦੇ ਨੇ ਬੇਰਜ਼ਗਾਰ ਜਿਹੜੇ ਨੇ ਉਹ ਸੜਕਾਂ ਤੇ ਉੱਤਰ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਦਿੱਲੀ ਦਰਬਾਰ ਦੇ ਵਿੱਚ ਹਾਜ਼ਰੀਆਂ ਲਗਵਾ ਰਹੀ ਹੈ ਚੰਨੀ ਸਾਹਿਬ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਕੜ ਹੁਣੀ ਰਾਹੁਲ ਗਾਂਧੀ ਦੇ ਨਾਲ ਮੀਟਿੰਗਾਂ ਦਾ ਦੌਰ ਇਹ ਸਭ ਨੂੰ ਕਿਸ ਤਰ੍ਹਾਂ ਦੇਖਿਆ ਜਾਏ ਕਿ ਦਿੱਲੀ ਤੋਂ ਪੰਜਾਬ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਉਧਰ ਕੇਜਰੀਵਾਲ ਸਾਹਿਬ ਵੀ ਕਾਹਲੇ ਨੇ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਕੋਲ ਪੰਜਾਬ ਦੀ ਚਾਬੀ ਆ ਜੇ ਤੇ ਅਸੀਂ ਪੰਜਾਬ ਨੂੰ ਚਲਾਈਏ ਗੁਨੀਸ਼ ਸਸੋਧੀਆਂ ਹੁਣੀ ਪੰਜਾਬ ਦੇ ਸਕੂਲਾਂ ਤੇ ਛਾਪੇ ਮਾਰ ਰਹੇ ਨੇ ਉਹਦੀ ਵੀ ਗੱਲ ਕਰਾਂਗੇ ਅਸੀਂ ਕਿ ਉਸ ਨੂੰ ਕਿਸ ਤਰ੍ਹਾਂ ਦੇਖਿਆ ਜਾਏ ਸਿਆਸੀ ਮਾਇਨੇ ਉਹਦੇ ਕੀ ਕੱਢੇ ਜਾਂਦੇ ਨੇ ਤੇ ਨਾਲ ਨਾਲ ਗੱਲ ਕਿਸਾਨਾਂ ਦੀ ਵੀ ਹੋਏਗੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਭਾਜਪਾ ਦੇ ਵਿੱਚ ਬੀਜੇਪੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਜਾਣਾ ਇਹਦੇ ਤੋਂ ਬਾਅਦ ਕੀ ਇਹ ਅਕਾਲੀ ਦਲ ਦੀ ਕੋਈ ਸੋਚੀ ਸਮਝੀ ਸਾਜ਼ਿਸ਼ ਆ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਿ ਗੱਠਜੋੜ ਟੁੱਟਣ ਦੇ ਬਾਵਜੂਦ ਵੀ ਪਿਛਲੇ ਦਰਵਾਜ਼ਿਆਂ ਕੁਝ ਨਾ ਕੁਝ ਚੱਲ ਰਿਹਾ ਜੇ ਬੀਜਪੀ ਇਹ ਗੱਲ ਕਹਿੰਦੀ ਹੈ ਕਿ ਛੋਟੇ ਭਰਾ ਬਣ ਕੇ ਆਓ ਤਾਂ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਘਰ ਦੇ ਵਿੱਚ ਸਨ ਪਾਈ ਜਾ ਰਹੀ ਆ ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਿੱਲੀੋਂ ਚੱਲ ਰਹੀ ਹੈ ਤੇ ਇੰਦਰ ਧਰਨਾਕਾਰੀਆਂ ਨੇ ਸੜਕਾਂ ਜਾਮ ਕੀਤੀਆਂ ਹੋਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਦੇ ਵਿੱਚ ਬੇਰੁਜ਼ਗਾਰੀ ਦੀ ਦਰ ਸਾਰੇ ਭਾਰਤ ਨਾਲੋਂ ਉੱਪਰ ਆ ਭਾਰਤ ਦੀ ਜਿਹੜੀ ਬੇਰਜ਼ਗਾਰੀ ਦੀ ਦਰ ਲੇਟੈਸਟ 4.8% ਹੈਗੀ ਆ ਜਦਕਿ 7.3 ਜਾਂ 4% ਮਤਲਬ ਜਿੰਨੀ ਔਸਤਨ ਆਲ ਇੰਡੀਆ ਪੂਰੇ ਦੇਸ਼ ਦੀ ਔਸਤਨ ਬੇਰਜ਼ਗਾਰੀ ਦੀ ਦਰ ਆ ਪੰਜਾਬ ਦੀ ਉਹ ਡੇਢ ਗੁਣਾ ਆ ਇਹਦਾ ਮਤਲਬ ਇਹ ਆ ਕਿ ਪੰਜਾਬ ਉਹਨਾਂ ਸੂਬਿਆਂ ਚ ਆ ਜਿੱਥੇ ਬੇਰੁਜ਼ਗਾਰ ਦਾ ਬਹੁਤ ਬੁਰਾ ਹਾਲ ਹੈ ਲੋਕ ਤਰਾਤਰਾ ਕਰ ਰਹੇ ਇਜਲੀ ਸੁਖਵਿੰਦਰ ਇਹਦੇ ਚਤੇ ਕੋਈ ਦੋ ਰਾਏ ਨਹੀਂ ਇੰਨਾ ਲੋਕਾਂ ਦੇ ਸੈਂਟੀਮੈਂਟਸ ਦਾ ਫਾਇਦਾ ਉਠਾਲਣ ਲਈ ਤਾਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਕਿਸਾਨ ਨਪੀੜਿਆ ਹੋਇਆ ਤੇ ਆਪਣੇ ਕਰਜ਼ਿਆਂ ਥੱਲੇ ਬਹੁਤ ਜ਼ਿਆਦਾ ਕਰਜ਼ਾ ਔਰ ਇਹ ਕਰਜ਼ਾ ਉਹਨਾਂ ਨੂੰ ਸਰਕਾਰ ਨੇ ਚੜਵਾਇਆ ਇਸ ਕਰਜ਼ਾ ਉਹਨਾਂ ਨੇ ਆਪ ਨਹੀਂ ਚੜਾਇਆ ਸਰਕਾਰ ਨੇ ਖੁਦ ਉਹਨਾਂ ਤੇ ਮਿਹਨਤ ਕਰਕੇ ਜਦੋਂ 2000 6 ਦੀ ਗੱਲ ਆ ਜਾਂ 2004 ਦੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਆਈ ਤੇ ਉਹਨਾਂ ਨੇ ਉਦੋਂ ਹੀ ਇਹ ਫੈਸਲਾ ਲਿਆ ਸੀ ਸਵਾਮੀਨਾਥਨ ਕਮਿਸ਼ਨ ਵੀ ਬਣਾਇਆ ਸੀ ਜਿਹਨੇ 6 ਤੱਕ ਆਪਣੀਆਂ ਰਿਪੋਰਟਾਂ ਸਬਮਿਟ ਕਰਤੀਆਂ ਸੀ ਨਾਲੇ ਫੈਸਲਾ ਲਿਆ ਸੀ ਕਿ ਖੇਤੀਬਾੜੀ ਨੀਤੀ ਕਿ ਖੁੱਲਾ ਕਰਜਾ ਬੈਂਕਾਂ ਦੇ ਕੋਟੇ ਲਾਏ ਸੀ ਤੇ ਉਹਨਾਂ ਨੇ 2006 ਤੱਕ ਧੁਕੀਆਂ ਕੱਢਤੀਆਂ ਕਰਜ਼ੇ ਵਾਲੀਆਂ ਜਿੱਥੇ 50000 ਰੁਪਏ ਏਕੜ ਦਾ ਮਿਲਦਾ ਸੀ ਉੱਥੇ 3-3 ਲੱਖ ਰੁਪਇਆ ਕਰਤਾ ਹੁਣ ਇਹ ਜਿਹੜੇ ਕਰਜ਼ੇ ਅੱਜ ਕਿਸਾਨ ਖੁਦ ਕਹਿ ਰਹੇ ਸੀ ਕਿ ਸਾਨੂੰ ਜਿਹੜਾ ਅਸੀਂ ਕਰਜ਼ਾ ਵਾਪਸ ਹੀ ਨਹੀਂ ਸੀ ਕਰ ਸਕਦੇ ਉਹ ਬੈਂਕਾਂ ਨੇ ਬਲਾ ਬਲਾ ਕੇ ਕਰਜ਼ੇ ਸਾਨੂੰ ਦਿੱਤੇ ਹੁਣ ਸਾਡੀ ਦਿੱਕਤ ਤੇ ਹੈ ਹੀ ਆ ਜੇ ਦਿੱਕਤ ਕੀਤੀ ਹੈ ਜੇ ਤੁਸੀਂ ਐਨਪੀਏ ਇਹਨੂੰ ਡਿਕਲੇਅਰ ਕਰੋ ਜਿਵੇਂ ਨਜਾਇਜ਼ ਗਲਤ ਟਾਂਗ ਦੇ ਨਾਲ ਬੈਂਕਾਂ ਕਾਰਪੋਰੇਟਾਂ ਨੂੰ ਕੋਈ ਲੋਨ ਦੇ ਦਿੰਦੀਆਂ ਲੋਨ ਉਹ ਡੁੱਬ ਜਾਂਦਾ ਕਿਉਂਕਿ ਉਹ ਪ੍ਰੋਜੈਕਟ ਕੰਪਲੀਟ ਨਹੀਂ ਸੀ ਠੀਕ ਨਹੀਂ ਸੀ ਨੁਕਸ ਸੀਗਾ ਕਿ ਕਸੂਰ ਕਿਹਦਾ ਆ ਕਸੂਰ ਬੈਂਕ ਦਾ ਜਿਹਨੇ ਨੁਕਸਦਾਇਕ ਪ੍ਰੋਜੈਕਟ ਨੂੰ ਵਾਧੂ ਪੈਸਾ ਦੇ ਦਿੱਤਾ ਜੇ ਹੁਣ ਬੈਂਕਾਂ ਨੇ ਐਡੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਪੈਸਾ ਦਿੱਤਾ ਉਹਨੂੰ ਐਨਪੀਏ ਡਿਕਲੇਅਰ ਕਰ ਦੇਣ ਐਨਪੀਏ ਡਿਕਲੇਅਰ ਕਰਕੇ ਜਿਹੜਾ ਵੀ ਲੱਖ 2 ਲੱਖ 3 ਲੱਖ 3 ਲੱਖ ਕਰੋੜ ਰੁਪਈਆ ਬਣਦਾ ਉਹ ਇੱਕ ਵਾਰੀ ਉਹਦੇ ਤੇ ਲੀਕ ਫੇਰ ਦੇਣ ਫਿਰ ਗਾਂ ਤੋਂ ਧਿਆਨ ਰੱਖਣ ਕਿ ਅਸੀਂ ਉਹਨਾਂ ਨੂੰ ਕਿੰਨਾ ਕੁ ਪੈਸਾ ਦੇਣਾ ਕਿਹੜੀ-ਕਿਹੜੇ ਪੈਰਾਮੀਟਰ ਦੇਖ ਕੇ ਪੈਸਾ ਦੇਣਾ ਕਿਉਂਕਿ ਉਹਨਾਂ ਦਾ ਕੰਮ ਵੀ ਚੱਲ ਰਿਹਾ ਹੈ ਦੂਸਰੀ ਗੱਲ ਇਹ ਨਾ ਹੋਵੇ ਕਿ ਇਧਰੋਂ ਤੁਸੀਂ ਇਧਰੋਂ ਇਹ ਲੋਨ ਦੇਣਾ ਵੀ ਬੰਦ ਕਰ ਦੋ ਉਧਰ ਉਹਨਾਂ ਦੀ ਆਮਦਨ ਨਾ ਹੋਵੇ ਉਹ ਵੈਸੇ ਭੁੱਖੇ ਮਰ ਜਾਣ ਇਹ ਵੀ ਤੇ ਹੈ ਇਸ ਲਈ ਆਮਦਨ ਵੀ ਦੁੱਗਣੀ ਕੀਤੀ ਜਾਏ ਕਹਿਣ ਦਾ ਮੇਰਾ ਮਤਲਬ ਜਿਹੜੇ ਹਾਲਾਤ ਪਾਵੇਂ ਉਹ ਕਰਜ਼ੇ ਵਾਲੀ ਗੱਲ ਸੀ ਭਾਵੇਂ ਰੋਜ਼ਗਾਰ ਵਾਲੀ ਗੱਲ ਸੀ ਭਾਵੇਂ ਗਰੀਬਾਂ ਦੇ ਸਿਰ ਤੇ ਸਿਰ ਤੇ ਛੱਤ ਵਾਲੀ ਗੱਲ ਸੀ ਸਾਰਿਆਂ ਨੂੰ ਲੌਲੀਪੌਪ ਦਿੱਤੇ ਸੀਗੇ ਉਹ ਕਾਂਗਰਸ ਸਰਕਾਰ ਨੇ ਉਹ ਇਹੀ ਤੇ ਹੋਇਆ ਕਿ ਹੁਣ ਜਦੋਂ ਇੱਧਰ ਕਿਸਾਨਾਂ ਨੇ ਫੱਟੇ ਚੱਕ ਤੇ ਸਾਰੇ ਪੰਜਾਬ ਦੇ ਸੜਕਾਂ ਤੇ ਲਿਹਾ ਕੇ ਲਾਲਾ ਲਾਲਾ ਕਰਵਾਤੀ ਕਿ ਜੇ ਤੁਸੀਂ ਇਕੱਠੇ ਹੋ ਜਓ ਤੇ ਵੱਡਾ ਵੱਡੀ ਮਹਿਮ ਸ਼ੁਰੂ ਕਰ ਲਓ ਕੋਈ ਗੱਲ ਨਹੀਂ ਕਿ ਅਸੀਂ ਤੇ ਮੋਦੀ ਸਰਕਾਰ ਨੂੰ ਵੀ ਝੁਕਾ ਸਕਦੇ ਆ ਪੰਜਾਬ ਦੀ ਸਰਕਾਰ ਕੀ ਐ ਪੰਜਾਬ ਦੀ ਸਰਕਾਰ ਲੋਕ ਦੀ ਫਿਰਦੀ ਸੀ ਪਿਛਲੇ 6 ਮਹੀਨਿਆਂ ਤੋਂ ਵੀ ਲੋਕਾਂ ਤੋਂ ਕਿਵੇਂ ਲੁਕ ਜਾਈਏ ਲੋਕਾਂ ਨੇ ਡੰਡੇ ਚੱਕੇ ਵੀ ਸੀ ਤੁਹਾਨੂੰ ਪਤਾ ਹੀ ਐ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਕੰਗਿਆ ਰੈਲੀਆਂ 'ਚ ਤੂ ਤੂ ਮੈਂ ਮੈਂ ਹੋਈ ਕਾਫੀ ਕੁਝ ਹੋਇਆ ਉਹਦੇ ਤੋਂ ਬਚਦੇ ਆ ਇਹਨਾਂ ਨੇ ਕਿਹਾ ਵੀ ਆ ਜਿਹੜਾ ਵੱਡਾ ਸ਼ੇਰ ਐ ਇਹਨੂੰ ਪਿੰਜਰੇ 'ਚ ਪਾ ਦਿਓ ਲੋਕੀ ਸ਼ਾਇਦ ਕੋਈ ਸ਼ਾਂਤ ਹੋ ਜਾਣਗੇ ਉਹ ਹੋਏ ਵੀ ਉਹ ਕਿ ਮਤਲਬ ਕੈਪਟਨ ਬ੍ਰਿੰਦਰ ਸਿੰਘ ਨੂੰ ਫਾੜ ਕੇ ਤੇ ਪਿੰਜਰੇ ਚ ਬੰਦ ਕਰੋ ਤਾਂ ਕਿ ਇਹ ਜਿੰਨਾ ਇਹਨਾਂ ਦਾ ਜੱਤ ਤੱਕ ਦੇਖਦਾ ਇਹਦੇ ਸਿਰ ਤੇ ਭਾਂਡਾ ਪਾ ਦਿਓ ਭਾਂਡਾ ਪੰਦਾ ਚੰਨੀ ਸਾਹਿਬ ਆ ਗਏ ਚੰਨੀ ਸਾਹਿਬ ਨੇ ਦੁਬਾਰਾ ਛੜੀਆਂ ਲਾਤੀਆਂ ਗੱਲਾਂ ਦੀਆਂ ਆਹ ਕਰਤਾ ਆਹ ਕਰਤਾ ਮੈਨੂੰ ਨਹੀਂ ਲੱਗਦਾ ਇਹ ਗੱਲ ਕਰਨੀ ਚਾਹੀਦੀ ਸੀਗੀ ਪਹਿਲਾਂ ਪੈਸੇ ਸੈਂਕਸ਼ਨ ਕਰਾਓ ਪੈਸਾ ਜੇਬ ਚ ਪਾਓ ਫੇਰ ਕਹੋ ਵੀ ਆਹ ਚੱਕੋ ਪੈਸੇ ਇਹ ਚਾਹੀਦਾ ਹੈ ਨਾ ਪਹਿਲਾ ਬਿਆਨ ਦੇ ਦਿੱਤਾ ਜਾਨੀ ਨਿਉ ਪੱਥਰ ਲਾ ਕੇ ਭੱਜ ਜਾਣਾ ਮਗਰੋਂ ਜਾਨੀ ਚੱਕ ਕੇ ਲੈ ਜਾਂਦੇ ਨੇ ਉਹ ਪੱਥਰ ਜਿਹੜਾ ਹੁੰਦਾ ਉਹ ਫਿਰ ਅਗਲੇ 5 ਸਾਲਾਂ ਬਾਅਦ ਹੀ ਮੁੜ ਕੇ ਲਾਭਦੇ ਉਹ ਨਿਉ ਪੱਥਰ ਇੱਥੇ ਰੱਖਿਆ ਸੀ ਉਹ ਲੱਭੋ ਕਿੱਥੇ ਆ ਦੁਬਾਰਾ ਉਹਨੂੰ ਧੋਤਾ ਕੇ ਉਹਦਾ ਇਨੌਗੁਰੇਸ਼ਨ ਕਰਨਾ ਇੰਜ ਕੰਮ ਚੱਲਦੇ ਸਾਡੇ ਹੁਣ ਤਿਸੇ ਠੀਕ ਕਹਿ ਰਹੇ ਹਾਂ ਕਿ ਕੁਝ ਕੁ ਸੁਧਾਰ ਤੇ ਹੋਏ ਆ ਕਟੋ-ਕਟ ਇੱਕ ਗੱਲ ਤੇ ਕਾਂਗਰਸ ਦੇ ਅੰਦਰ ਹੋਈ ਕਿ ਪ੍ਰਧਾਨ ਚੁੱਪਚਾਪੀਤਾ ਰਹਿਣ ਵਾਲਾ ਨੇ ਮੂੰਹ ਫਾਟਿਆ ਹਾ ਸੋਟਾ ਠਾ ਸੋਟਾ ਸੱਜੇ ਖੱਬੇ ਥਾੜ ਥਾੜ ਲਾਈ ਤੁਰਿਆ ਜਾਂਦਾ ਤੇ ਉਸ ਦਾ ਡਰ ਸਾਰਿਆਂ ਨੂੰ ਲੱਗਦਾ ਦਿੱਲੀ ਤੱਕ ਧਮਕਾਂ ਜਾਂਦੀਆਂ ਤਾਂ ਕਿ ਵਾਰ-ਵਾਰ ਬੁਲਾਉਂਦੇ ਅੱਜ ਬੁલાਏ ਆ ਵੀ ਕਿਤੇ ਜਿਆਦਾ ਇਦਨੀ ਮੌਰ ਸੀਖ ਤੇ ਪ੍ਰਧਾਨ ਨੇ ਕਿਹਾ ਦੇ ਵੀ ਪਤਾ ਲੈ ਲਓ ਨਹੀਂ ਤੇ ਕੋਈ ਗਰਮ ਰੂ ਲੋਗੜ ਲਾਗੜ ਬੰਨਣਾ ਪਵੇ ਹੈਨਾ ਜਿਆਦਾ ਇੰਝ ਹੀ ਕਰਦੇ ਸੀ ਪਿੰਡ 'ਚ ਕੋਈ ਇਹੋ ਜਿਹਾ ਹੋ ਜਾ ਤੇ ਲੋਗੜ ਬੰਨਦੇ ਸੀ ਗਰਮ ਕਰਕੇ ਉਹ ਉੱਥੇ ਪਹਿਲਾ ਪ੍ਰਧਾਨ ਵੀ ਗਿਆ ਹੁਣ ਵਾਲਾ ਵੀ ਗਿਆ ਤੇ ਚੀਫ ਮਨਿਸਟਰ ਸਾਹਿਬ ਵੀ ਗਏ ਆ ਤੇ ਕੁਝ ਨਾ ਕੁਝ ਤੇ ਚਲੋ ਹੈ ਗੱਲ ਇੱਥੇ ਉੱਥੇ ਤੇ ਸਿੱਖਿਆ ਇੱਕੋ ਹੀ ਮਿਲਣੀ ਹੈ ਉਹਨਾਂ ਦੇ ਸਾਹਮਣੇ ਰਾਜ ਦੀ ਸਰਕਾਰ ਦੀ ਮਤਲਬ ਦੇਖੋ ਬਣਾਉਣ ਦੀ ਦੁਬਾਰਾ ਕੋਸ਼ਿਸ਼ ਹੈਗੀ ਹੈ ਉਹ ਹੋਊ ਤਾਂ ਜੇ ਰਲ ਮਿਲ ਕੇ ਚੱਲਣਗੇ ਜੇ ਇੱਕ ਉਧਰ ਨੂੰ ਖਿਚੂ ਇੱਕ ਉਧਰ ਨੂੰ ਖਿਚੂ ਇੱਕ ਉਧਰੋਂ ਗਤਕੇ ਵਾਲਾ ਵਾਰ ਕਰੂਗਾ ਦੂਜਾ ਅੱਗੇ ਢਾੜ ਫੜ ਕੇ ਉਹਨਾਂ ਦੇ ਵਾਰ ਕਰੂਗਾ ਫਿਰ ਤੇ ਮੁਸ਼ਕਲ ਹੈ ਤੇ ਬਾਕੀ ਆ ਸਵੇਰ ਤੱਕ ਪਤਾ ਲੱਗ ਜਾਣਾ ਹੋਰ ਅਗਲੇ ਦਿਨ ਤੱਕ ਸ਼ਾਮ ਤੱਕ ਪਤਾ ਲੱਗ ਜਾਣਾ ਸ਼ਾਮ ਤੱਕ ਹੀ ਪਤਾ ਲੱਗ ਜਾਣਾ ਕਿ ਕੀ ਕੁਝ ਉੱਥੇ ਹੋਇਆ ਕੀ ਕੁਝ ਨਹੀਂ ਹੋਇਆ ਪਰ ਐਨੀ ਗੱਲ ਜ਼ਰੂਰ ਹੈਗੀ ਆ ਸੁਖਵਿੰਦਰ ਕਿ ਪੰਜਾਬ ਦੇ ਅੰਦਰ ਪਹਿਲਾਂ ਬੇਰਜਗਾਰੀ ਨਹੀਂ ਕਿਸਾਨੀ ਦੀ ਮੰਦ ਹਾਲੀ ਜਿਸ ਦਾ ਮੈਂ ਥੋੜਾ ਬੇਰਵਾ ਦਿੱਤਾ ਕਿ ਕਿਉਂ ਮੰਦ ਹਾਲੀ ਹੋਈ ਉਸ ਨੂੰ ਸਾਰੀਆਂ ਚੀਜ਼ਾਂ ਚੋਂ ਦੂਰ ਕਰਨ ਲਈ ਕਿ ਉਹਨੂੰ ਹੱਲ ਕਰਨ ਲਈ ਕੋਈ ਸੀਰੀਅਸ ਅਪਰਾਲੇ ਹੋਏ ਨਹੀਂ ਹੁਣ ਤੇ ਧੜਾ ਧੜ ਬਿਆਨਬਾਜ਼ੀ ਹੋਈ ਆ ਕੁਛ ਦਾ ਧਰਾਤਲ ਤੇ ਦਿੱਤਾ ਵੀ ਹੈ ਇਹੋ ਜੀ ਗੱਲ ਨਹੀਂ ਆ ਚੰਨੀ ਸਾਹਿਬ ਨੇ ਵੀ ਕੁਛ ਨਾ ਕੁਛ ਤੇ ਮਾੜਾ ਮੱਡਾ ਚਾਂਗਣ ਮੰਗਣ ਕੀਤਾ ਲੋਕ ਇਸ ਗੱਲ ਦਾ ਤੇ ਚਲੋ ਥੋੜਾ ਮਾਫ਼ ਵੀ ਕਰ ਦਿੰਦੇ ਪਰ ਫਿਰ ਵੀ ਐਨੀ ਤੁਸੀਂ ਵਾਹ ਵਾਈ ਪਤੰਗ ਨੂੰ ਛੱਡੀ ਗਏ ਡੋਰ ਛੱਡੀ ਗਏ ਛੱਡੀ ਗਏ ਐ ਜਿਹੜਾ ਸਿਰੇ ਲੱਗ ਗਈ ਤੇ ਫਿਰ ਹੁਣ ਉਹ ਲੋਕਾਂ ਨੇ ਤੇ ਦੂਜਿਆਂ ਨੇ ਵਿਰੋਧੀ ਪਾਰਟੀਆਂ ਨੇ ਪਤੰਗ ਚਾੜਤੀ ਨਾਲ ਇਹਨੂੰ ਫੜੋ ਭਈ ਹੁਣੋਂ ਕੱਟਣ ਦਾ ਡਾਰਿਆ ਪਤੰਗ ਕੱਟਣਾ ਜਿਹਨੂੰ ਕਹਿੰਦੇ ਬੋ ਕਾਂਟਾ ਉਹ ਨਾ ਹੋ ਜੇ ਉਸ ਕਿਸਮ ਦਾ ਚੰਨੀ ਸਾਹਿਬ ਨੂੰ ਉਨੀ ਕੀ ਡੋਰ ਛੱਡਣੀ ਚਾਹੀਦੀ ਆ ਗਾਂ ਤੋਂ ਵੀ ਇਹ ਸਿੱਖ ਲੈਣ ਅਜੇ ਵੀ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਿੰਨਾ ਕੁ ਹੋ ਸਕਦਾ ਜਿੰਨਾ ਪੈਸਾ ਉਹ ਕਹਿ ਦੇਣ ਬਾਕੀ ਦਿਆਂ ਕੋਲ ਮਾਫੀ ਮੰਗ ਲੈਣ ਵੀ ਥੋੜੇ ਜਿਹਾ ਜੋਸ਼ ਵਿੱਚ ਆ ਕੇ ਵੱਧ ਬਿਆਨ ਦੇ ਦਿੱਤੇ ਗਏ ਸੀਗੇ ਮੈਂ ਤੇ ਉਹ ਮੈਂ ਥੋੜੇ ਜਿਹਾ ਕੁਝ ਬਿਆਨਾਂ ਨੂੰ ਹੁਣ ਰਿਵਾਈਜ਼ ਕਰ ਲੈਣਾ ਨਹੀਂ ਤੇ ਵਿਰੋਧੀ ਪਾਰਟੀਆਂ ਦੀ ਲੋੜ ਨਹੀਂ ਸੁਖਵਿੰਦਰ ਘਰੇ ਹੀ ਬੈਠਾ ਉਨੇ ਬਥੇਰਾ ठा 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 ਕਰੀ ਜਾਣਾ ਇਸ ਲਈ ਉਹਦੇ ਤੋਂ बचना ਆਪਣੇ ਪ੍ਰਧਾਨ ਤੋਂ बचना ਤੇ ਫਿਰ ਥੋੜਾ ਜਿਹਾ ਰਿਵੀਜ਼ਨ ਕਰ ਲੈਣੇ ਜੇ ਨਹੀਂ ਹੁੰਦਾ ਜੇ ਹੋ ਜਾਊ ਤੇ ਫਿਰ ਵਾਵਾ ਪਲੀ ਹਾਂਜੀ ਹਮ ਬਿਲਕੁਲ 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 ਦੂਜੇ ਪਾਸੇ ਜਿਹੜਾ ਪਿਛਲੇ ਜਦੋਂ ਤੋਂ ਚੰਨੀ ਸਾਹਿਬ ਆਏ ਨੇ ਇਹ ਨਿਤ ਨਵਾ ਕੋਈ ਨਾ ਕੋਈ ਫੇਸਬੁੱਕ ਦੇ ਉੱਤੇ ਕੁਝ ਕੁ ਦਿੜਾ ਬਾਅਦ ਇਹਨਾਂ ਨੇ ਪਾਇਆ ਹੁੰਦਾ ਕਿ ਅਸੀਂ ਅੱਜ ਨਵਾਂ ਐਲਾਨ ਕਰ ਦਿੰਦਾ ਅੱਜ ਦਾ ਵੀ ਟਾਈਮ ਦਿੱਤਾ ਹੈ ਕਿ 3 ਵਜੇ ਕੋਈ ਨਵਾਂ ਐਲਾਨ ਕਰ ਦੇਣਾ ਤੁਹਾਡੇ ਸਾਰਿਆਂ ਦੇ ਸਾਹਮਣੇ ਲੋਕ ਵੀ ਚੱਕ ਦੇਖ ਰਹੇ ਨੇ ਕਿ ਇਹਨਾਂ ਨੇ ਕਿਹੜਾ ਐਲਾਨ ਕਰਨਾ ਉਹ ਜੇ ਆਪਾਂ ਪ੍ਰੋਫੈਸਰ ਤੁਸੀਂ ਕਹਿੰਦੇ ਹੋ ਕਿ ਬੜੇ ਮਤਲਬ ਕਿ ਸਮਾਂ ਬਹੁਤ ਘੱਟ ਹੈ ਇੱਧਰ ਪੰਜਾਬ ਸਰਕਾਰ ਦੇ ਕੋਲੇ ਕੋਸ਼ਿਸ਼ ਕਰ ਰਹੇ ਨੇ ਕਿ ਕੁਝ ਨਾ ਕੁਝ ਲੋਕ ਲੁਭਾਣਾ ਲਿਆ ਲਿਆ ਕੇ ਲੋਕਾਂ ਦਾ ਥੋੜਾ ਟੇਸਟ ਬਣਾ ਕੇ ਰੱਖੀਏ ਪਰ ਭਾਜਪਾ ਦੀ ਕਾਲੀ ਜਿਹੜੀ ਹੈ ਉਹ ਇਹਨਾਂ ਨਾਲੋਂ ਕੋਈ ਜ਼ਿਆਦਾ ਹੀ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਨਵਾਂ ਪੰਜਾਬ ਦੇਣ ਦੀ ਗੱਲ ਕਰਦੇ ਨੇ ਨਾਲੋ ਨਾਲ ਉਹਨਾਂ ਨੇ ਜਿਹੜਾ ਸਿਰਸਾ ਸਾਹਿਬ ਨੂੰ ਭਾਪੀ ਚ ਸ਼ਾਮਲ ਕਰ ਲਿਆ ਕਿਸਾਨਾਂ ਦੇ ਜਿਹੜੇ ਖੇਤੀਕਰੂਆਂ ਦਾ ਮਾਮਲਾ ਹੈ ਉਹਦੀ ਵੀ ਆਪਾਂ ਦੇਖ ਰਿਹਾ ਕਿ ਹਰ ਰੋਜ਼ ਨਵੀਂ ਹੁਣ ਤਾਂ ਕਹਿੰਦੇ ਗੈਜ਼ਟ ਵੀ ਜਾਰੀ ਕਰ ਦਿੱਤਾ ਕਿ ਆਹ ਦੇਖੋ ਸਾਰਾ ਕੁਝ ਹੋ ਚੁੱਕਿਆ ਮਤਲਬ ਕਿ ਕਿਸਾਨ ਹੁਣ ਅੱਗੋਂ ਕੀ ਕਰਨਗੇ ਇੰਦਰੋਂ ਮੈਂ ਸੁਣ ਰਿਹਾ ਸੀ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਜੀਤ ਸਿੰਘ ਉਹ ਕਹਿ ਰਹੇ ਸੀ ਕਿ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦੇ ਰਹੀ ਉਹ ਉਹ ਜਾਣੇ ਪਰ ਅਸੀਂ ਜਿਹੜਾ ਅਸੀਂ ਦਿਆਂਗੇ तकरीबन 100 ਫਸਲਾਂ ਤੋਂ ਉੱਤੇ ਸ਼ਾਇਦ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਕਿ ਅਸੀਂ ਉਹ ਕਰਦੇ ਆਂਗੇ ਇਹਨੂੰ ਸਾਰੇ ਸੀਨ ਨੂੰ ਕਿੱਦਾਂ ਦੇਖਦੇ ਵੇ ਸਭ ਜੋ ਕੁਝ ਹੋ ਰਿਹਾ ਸਿਆਸਤ ਦੇਖੋ ਕੋਛ ਤੇ ਲਫਾਫੇ ਬਾਜੀ ਆ ਕੁਛ ਕਰਨਾ ਵੀ ਪਊਗਾ ਜਿਹੜਾ ਕਾਕਾ ਰਣਦੀਪ ਦਾ ਇੰਨੇ ਨੇ ਕਿੱਥੋਂ ਦੇਣੀ ਐਮਐਸਪੀ ਇਹ ਤੇ ਵੈਸੇ ਹੀ ਮੰਡੀ ਚ ਮਾਲ ਜਿਹੜਾ ਚੱਕਿਆ ਜਾਂਦਾ ਉਹਨੂੰ ਚੁਕਵਾਈ ਜਾਣ ਬਾਰਦਾਣਾ ਲਿਆ ਕਰਨ ਹੋ ਰਿਹਾ ਹੋਜਾ ਕੁਛ ਕਰ ਲੈਣ ਉਹਨਾਂ ਹੀ ਬਹੁਤ ਆ ਪਰ ਜੇ ਸਮਝਣ ਕੇ ਟੋਟਲ ਐਮਐਸਪੀ ਦੇਦਨ ਇਹ ਤੇ ਥੋੜੀ ਹੈਗੀਗਾ ਮੇਰਾ ਖਿਆਲ ਉਸ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸੈਂਟਰ ਐਮਐਸਪੀ ਅਨਾਉਂਸ ਕਰੇ ਤਾਂ ਫਿਰ ਉਹਦਾ ਮਤਲਬ ਸੈਂਟਰ ਦੇਵੇ ਤੇ ਅਸੀਂ ਇੱਥੋਂ ਦੀ ਪੇਮੈਂਟ ਕਰਾਂਗੇ ਇਸ ਕਿਸਮ ਦੀ ਗੱਲ ਮੈਨੂੰ ਜ਼ਿਆਦਾ ਲੱਗਦੀ ਆ ਆਪਣੇ ਪੱਲਿਓ ਪੰਜਾਬ ਸਰਕਾਰ 103 ਕੇ ਕਿੰਨੀਆਂ ਫਸਲਾਂ ਉਹਨਾਂ ਨੇ ਦੱਸੀਆਂ ਵੀ ਉਹਦੀ ਅਸੀਂ ਐਮਐਸਪੀ ਦੇਾਂਗੇ ਤੇ ਫਿਰ ਤੇ ਵਾਰੀ ਨਿਆਰੀ ਇਹਨਾਂ ਨੂੰ ਚੀਫ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਬਣਾ ਦੋ ਦੇਸ਼ ਦਾ ਹੀ ਪ੍ਰਧਾਨ ਮੰਤਰੀ ਬਣਾ ਦੋ ਉਹਨਾਂ ਨੂੰ ਸਾਡੇ ਐਗਰੀਕਲਚਰ ਮਿਨਿਸਟਰ ਨੂੰ ਤਾਂ ਕਿ ਸਾਰਿਆਂ ਨੂੰ ਇੰਨੀ ਇੰਨੀ ਦੇ ਦੇ ਇਹਨਾਂ ਕੋਲ ਕੁਝ ਹੈ ਨਹੀਂ ਮੈਨੂੰ ਲੱਗਦਾ ਉਹ ਜਰਾ ਹਵਾ ਬਾਜੀ ਉਹਦੇ ਚ ਜ਼ਿਆਦਾ ਕੁਝ ਕਾਇ ਹੋ ਗਿਆ ਚੰਨੀ ਹੁਣਾ ਵਾਂਗੂ ਚੰਨੀ ਸਾਹਿਬ ਦਾ ਵੀ ਨਹੀਂ ਤੇ ਇਹ ਰੋਜ਼ ਐਲਾਨਾਂ ਵਾਲੀ ਸਰਕਾਰ ਨਾ ਹੋ ਜਾਈ ਐਲਾਨ ਵਾਲੀ ਸਰਕਾਰ ਅੱਜ ਆ ਕਰਤਾ ਜਾਂ ਕਰਤਾ ਮੇਰੇ ਖਿਆਲ ਕੰਮ ਆਪਣੇ ਆਪ ਬੋਲਦਾ ਉਹ ਕੰਮ ਜ਼ਿਆਦਾ ਕਰਨ ਉਹਦੇ 'ਚ ਹੀ ਉਹਦਾ ਪਲਾ ਹੋਊਗਾ ਰਹੀ ਗੱਲ ਕਿ ਦਿੱਲੀ ਵਾਲੇ ਥੜਾ ਥੜਾ ਐਲਾਨ ਕਰੀ ਜਾਂਦੇ ਉਹ ਤੇ ਫਿਰ ਇਸ ਤਰ੍ਹਾਂ ਹੀ ਆ ਜਦੋਂ ਤੁਸੀਂ ਜਿਆਦਾ ਆਕੜ ਜਾਓ ਤੇ ਜਦੋਂ ਭੱਜਣ ਲੱਗਦਾ ਬੰਦਾ ਫਿਰ ਤੇਜ਼ੀ ਨਾਲ ਭੱਜਦਾ ਹੁਣ ਉਹਨਾਂ ਦੇ ਪੈਰ ਹੀ ਦੀ ਧਰਤੀ ਨਾਲ ਲੱਗਦੇ ਮੋਦੀ ਜੀ ਤੇਜ਼ੀ ਨਾਲ ਇੰਜ ਅੱਗੇ ਅੱਗੇ ਭੱਜੇ ਜਾਂਦੇ ਆ ਹਾਲਾਂਕਿ ਅਜੇ ਵੀ ਜਾਂਦੇ ਜਾਂਦੇ ਆਪਣੀ ਆਕੜ ਤੇ ਦਿਖਾਉਂਦੇ ਹੀ ਆ ਉਹ ਕਹਿੰਦੇ ਆ ਕਿ ਕਾਨੂੰਨ ਦੇ ਠੀਕ ਬਣਾਏ ਆ ਮੈਂ ਕਦੀ ਗਲਤ ਹੋਈ ਨਹੀਂ ਸਕਦਾ ਇਹ ਕਦੀ ਗਲਤ ਹੋ ਸਕਦਾ ਮੋਦੀ ਕਦੀ ਨਹੀਂ ਹੋ ਸਕਦਾ ਇਹਨਾਂ ਨੂੰ ਨਹੀਂ ਸਮਝ ਪਈ ਬਾਤ ਮਗਜੀਆਂ ਇਹਨਾਂ ਨੂੰ ਜਿਹੜੇ ਕਿਸਾਨ ਹੈਗੇ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਪਰ ਚਲੋ ਜੇ ਜਿੱਦ ਕਰ ਗਏ ਆ ਨਿਆਣੇ ਆ ਮਤਲਬ ਇਤਿਹਾਸੀ ਵਾਪਸ ਲੈ ਲੈਣੇ ਆ ਤੇ ਇਹਨਾਂ ਨੂੰ ਤਕਲੀਫ ਦਿੱਤੀ ਆ ਹੋਈ ਆ ਉਸ ਕਰਕੇ ਮਾਫੀ ਵੀ ਮੰਗ ਲੈਣੇ ਤੇ ਕੋਈ ਗੱਲ ਬਣੀ ਨਹੀਂ ਸਾਫ਼ ਕਹੋ ਕਿ ਸਾਡੇ ਕੋਲ ਅਸੀਂ ਰਾਜਨੀਤੀ ਚ ਹਾਰ ਗਏ ਆ ਉਹ ਜਾਦਾ ਤਕੜੇ ਨਿਕਲੇ ਆ ਸ਼ਾਂਤਮਈ ਯੁੱਧ ਦੇ ਵਿੱਚ ਉਹ ਉਹਨਾਂ ਨੇ ਉਹ ਹਥਿਆਰ ਵਰਤਿਆ ਜਿਹੜਾ ਤੁਹਾਡੇ ਕੋਲ ਉਹਦਾ ਕੋਈ ਤੋੜ ਨਹੀਂ ਸੀ ਉਹਦਾ ਮੁਕਾਬਲਾ ਨਹੀਂ ਸੀ ਗੋਠੜੀਆਂ ਲੱਗ ਗਈਆਂ ਲੱਗ ਗਈਆਂ ਤੇ ਗੱਜਟ ਨੋਟੀਫਿਕੇਸ਼ਨ ਤੇ ਇਤਨਾ ਹੀ ਸਪੀਡ ਨਾਲ ਤੁਹਾਨੂੰ ਪਤਾ ਜਦੋਂ ਅੰਨਾ ਆਹਾਰੇ ਬਾਹਰ ਬੈਠੇ ਸੀ ਪੱਦੀ ਰਾਤ ਨੂੰ ਗੱਜਟ ਨੋਟੀਫਿਕੇਸ਼ਨ ਵੀ ਹੋਈ ਸੀ ਹਾਂ ਇਸ ਕਰਕੇ ਜਦੋਂ ਸਰਕਾਰਾਂ ਕੰਮ ਕਰਦੇ ਆ ਜਾਣ ਫੇਰ ਕਹਿੰਦੇ ਜਿਹੜੀ ਦਿਨ ਦੁਗਣੀ ਰਾਤ ਚੌਗਣੀ ਦਿਨ ਰਾਤ ਵੀ ਕੰਮ ਕਰਦੀ ਨਾਲ ਅੱਧੀ ਰਾਤ ਨੂੰ ਕੋਟਾਂ ਵੀ ਲੱਗਦੀਆਂ ਦੇਖੀਆਂ ਅਸੀਂ ਇਹ ਨਹੀਂ ਇਹ ਤੇ ਗਰੀਬਾਂ ਲਈ ਨਹੀਂ ਹੈ ਗਰੀਬਾਂ ਦੇ ਤੇ 20-20 ਸਾਲ ਕੇਸ ਰੋਲਦੇ ਰਹਿੰਦੇ ਉਹਨਾਂ ਦੇ ਜੁੱਤੇ ਕੱਟ ਜਾਂਦੇ ਆ ਤਾਂ ਵੀ ਨਹੀਂ ਉੱਥੇ ਕੋਈ ਫੈਸਲਾ ਹੁੰਦਾ ਬੁੰਡੇ ਹੋ ਜਾਂਦੇ ਆ ਮਰ ਵੀ ਜਾਂਦੇ ਆ ਤਾਂ ਵੀ ਨਹੀਂ ਹੁੰਦਾ ਪਰ ਜੇ ਸਰਕਾਰ ਕੁਝ ਕਰਨਾ ਚਾਹੇ ਤਾਂ ਬੜੀ ਸਪੀਡ ਨਾਲ ਹੁੰਦਾ ਇਸ ਗੱਲ ਦੀ ਕਿਸਾਨਾਂ ਨੂੰ ਵਧਾਈ ਸਮੁੱਚੇ ਦੇਸ਼ ਨੂੰ ਵਿਦੇਸ਼ਾਂ 'ਚ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਵਧਾਈ ਕਿ ਜਿਹੜਾ ਰਾਸ਼ਟਰਪਤੀ ਜੀ ਤੇ ਪਹਿਲੇ ਪੈਨ ਲੈ ਕੇ ਬੈਠੇ ਸੀ ਵੇਟ ਕਰ ਰਹੇ ਸੀ ਕਿ ਆ ਜਾਣ ਬਿੱਲ ਜਿਹੜੇ ਇੰਨੇ ਬਿੱਲ ਰਿਪੀਲ ਹੋਏ ਆ ਤੇ ਫੱਟ ਦੇਣੀ ਉਹਨਾਂ ਨੇ ਤੇ ਦਸਤਖਤ ਕਰਤੇ ਗੱਜਟ ਦੀ ਨੋਟੀਫਿਕੇਸ਼ਨ ਹੋ ਗਈ ਅੱਜ ਉਹਦੀ ਲਾਲ ਲਾਲਾ ਚਾਰੇ ਪਾਸੇ ਪ੍ਰਦਰਸ਼ਨੀ ਹੋ ਰਹੀ ਹੈ ਮੈਂ ਕਈ ਟੀਵੀ ਚੈਨਲਾਂ ਤੇ ਦੇਖਿਆ ਕਿ ਉਹ ਗੱਜਟ ਨੋਟੀਫਿਕੇਸ਼ਨ ਰੋਟੀਫਾਈਡ ਦਿਖਾਤਾ ਜੀ ਇਡੀ ਸਪੀਡ ਨਾਲ ਦੇ ਸਾਡਾ ਕੰਮ ਕਰ ਰਿਹਾ ਮੈਨੂੰ ਤੇ ਲੱਗਦਾ ਅਮਰੀਕਾ ਨੂੰ ਪਿੱਛੇ ਛੱਡ ਜਾਗੇ ਤੇ ਇਹ ਤੇ ਇਸ ਸਪੀਡ ਨਾਲ ਜੇ ਕੰਮ ਕਰੇ ਕਾਨੂੰਨ ਇਸ ਸਪੀਡ ਨਾਲ ਲਾਗੂ ਹੋ ਪਰ ਅਗਲੀ ਗੱਲ ਨਹੀਂ ਮੰਨ ਰਿਹਾ ਜੀ ਅਗਲੀ ਗੱਲ ਜਿਹੜੇ 5 6 ਓਪਨ ਚਿੱਠੀ ਲਿਖੀ ਹੈ ਉਹਦੇ ਚ ਨਾ ਤੇ ਟੈਣੀ ਨੂੰ ਬਰਖਾਸਤ ਕਰ ਰਹੇ ਆ ਜਾਨੀ ਜਿਹੜੇ ਸਟੇਟ ਹੋਮ ਮਿਨਿਸਟਰ ਅਜੇ ਮਿਸ਼ਰਾ ਉਹਨਾਂ ਨੂੰ ਨਾ ਇਹ ਅਜੇ ਕੋਈ ਸਿਰਫ 5 ਬੰਦਿਆਂ ਦੇ ਨਾਮ 'ਤੇ ਮਾਲੇ ਐ ਐਮਐਸਪੀ ਦਾ ਕਿਦੋਂ ਕਰਨਾ ਕਿਵੇਂ ਕਰਨਾ ਕੀ ਉਹਦੀਆਂ ਗਾਈਡਲਾਈਨਸ ਬਣ ਗਈਆਂ ਇਹੋ ਜੀ ਗੱਲ ਅਜੇ ਹੋ ਨਹੀਂ ਰਹੀ ਤੇ ਹੁਣੇ ਰੁਲਦੂ ਸਿੰਘ ਮਾਨਸਾ ਉਹ ਸੀਗੇ ਕਿਸੇ ਚੈਨਲ ਤੇ ਅਸੀਂ ਇਕੱਠੇ ਸੀਗੇ ਅਸੀਂ ਤੇ ਉਹਨਾਂ ਨੂੰ ਇਹੋ ਜੀ ਅਪੀਲ ਸਵਿੰਦਰ ਜੀ ਕਰਕੇ ਆਏ ਆਂ ਦੇਸ਼ ਹੁਣ ਪਾਰਲੀਮੈਂਟ ਚੱਲ ਰਹੀ ਹੈ ਅਜੇ 3 ਹਫਤੇ ਹੋਰ ਚੱਲਣੀ ਹੈ ਹੈਨਾ ਇਸ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਕਿਉਂਕਿ ਇਹ ਪਾਰਲੀਮੈਂਟ ਦੇ ਦੌਰਾਨ ਜਦੋਂ ਕਿਸਾਨ ਕੁਝ ਵੀ ਭਾਵੇਂ ਪ੍ਰੋਟੈਸਟ ਕਰਨ ਅੱਗੇ ਇਹਨਾਂ ਨੇ ਆਪਣੀ ਪੈਰਲਲ ਸੰਸਦ ਕੀਤੀ ਸੀ ਪੂਰੇ ਦੇਸ਼ ਚ ਗਈ ਸੀ ਹੁਣ ਕੁਝ ਵੀ ਜੇ ਪ੍ਰੋਟੈਸਟ ਚਾਕੇ 500 ਬੰਦਾ ਵੀ 200 ਬੰਦਾ ਵੀ ਕਰੂਗਾ ਉਹ ਪੂਰੇ ਦੇਸ਼ ਚ ਜਾਊਗਾ ਇਸ ਗੱਲ ਦਾ ਦਬਾਅ ਸਰਕਾਰ ਤੇ ਪੈਂਦਾ ਕਿਉਂਕਿ ਉਹ ਗੱਲਾਂ ਵਿਦੇਸ਼ਾਂ ਚ ਵੀ ਜਾਂਦੀਆਂ ਬਿਲਕੁਲ ਠੀਕ ਕਿੱਡੀ ਤੱਕ ਢੀ ਡੈਮੋਕ੍ਰੇਸੀ ਹੈ ਇਸ ਲਈ ਉਸ ਦਬਾਅ ਦਾ ਇਨਹਲਾ ਤਾਂ ਦਾ ਕਿਸਾਨ ਵੀਰਾਂ ਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ ਔਰ ਜਿਹੜੀ ਕਟੂਕਟ ਐਮਐਸਪੀ ਦੀ ਗਰੰਟੀ ਪੰਜਾਬ ਹਰਿਆਣਾ ਵਿੱਚ ਅੱਜ ਦੀ ਡੇਟ 'ਚ ਹੈਗਾ ਜੇ ਹੁਣ ਬਾਹਮ ਰੋੜ ਕੇ ਕਰਵਾ ਲੈਣਗੇ ਕਾਨੂੰਨਨ ਹੱਕ ਕਰਾ ਲੈਣਗੇ ਤੇ ਫਾਇਦਾ ਰਹੂਗਾ ਸਾਨੂੰ ਵੀ ਰਹੂਗਾ ਪਰ ਉਹਦਾ ਸਮੁੱਚੇ ਦੇਸ਼ 'ਚ ਵੀ ਫਾਇਦਾ ਹੋਊ ਕਿਉਂਕਿ ਦੇਖੋ ਇਹ ਮੂਵਮੈਂਟ ਦੇ ਵਿੱਚ ਜਿਹੜੇ ਸਪੋਰਟ ਆ ਉੱਕ ਟੁਕਟ ਪੱਛਮੀ ਬੰਗਾਲ ਤੋਂ ਲੈ ਕੇ ਕੇਰਲਾ ਤੱਕ ਤੇ ਗਈ ਹੈ ਜਿ ਪਰਾ ਨਾਰਥ-ਈਸਟ ਵਿੱਚ ਬਹੁਤਾ ਵੇਚਣ-ਵਾਚਣ ਨੂੰ ਹੁੰਦਾ ਵੀ ਨਹੀਂ ਆ ਕੁਝ ਇਹ ਸਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅ ਇੱਕ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਤਹਮਮਲ ਥੋੜਾ ਜਿਹਾ ਹੋਰ ਹਿੰਮਤ ਤੇ ਥੋੜਾ ਜਿਹਾ ਹੋਰ ਇੰਤਜ਼ਾਰ ਸਾਡੇ ਕਿਸਾਨ ਵੀਰਾਂ ਨੂੰ ਕਰਕੇ ਇਹ ਗੱਲਾਂ ਨੂੰ ਥੋੜਾ ਸੌਲਵ ਆਊਟ ਕਰਕੇ ਤੇ ਸਮੁੱਚਾ ਫੈਸਲਾ ਲੈ ਕੇ ਆਉਣਾ ਚਾਹੀਦਾ ਇਹ ਨਾ ਹੋਵੇ ਕਿ ਕੁਝ ਕਾਲ ਦੇ ਵਿੱਚ ਅਸੀਂ ਕੋਈ ਕੁਝ ਐਹੋ ਜਿਹੀਆਂ ਗਲਤੀਆਂ ਕਰ ਲਈਏ ਜਿਹਦਾ ਫਿਰ ਲੰਬੇ ਦੌਰ ਦੇ ਉੱਤੇ ਸਾਡੀ ਇਸ ਮੂਵਮੈਂਟ ਦੇ ਆਖਰੀ ਚੈਪਟਰ ਦੇ ਵਿੱਚ ਕੁਝ ਐਹੋ ਜਿਹੀਆਂ ਗੱਲਾਂ ਹੋਣ ਜਿਹਦਾ ਸਾਡੇ ਕੋਲੋਂ ਜਵਾਬ ਦੇਣਾ ਬਾਅਦ ਵਿੱਚ ਮੁਸ਼ਕਲ ਹੋਵੇ। ਹੂੰ ਬਿਲਕੁਲ ਬਿਲਕੁਲ ਫੈਸਲਪ ਮਨਜਿੰਦਰ ਸਿੰਘ ਸਿਰਸਾ ਦਾ ਵੀ ਸਵਾਲ ਸੀਗਾ ਉਹਨੂੰ ਕਿੱਦਾਂ ਦੇਖਦੇ ਹੋ ਕਿ ਅਕਾਲੀ ਦਲ ਦੀ ਸਿਆਸਤ ਉੱਤੇ ਪੰਜਾਬ ਵਿੱਚ ਵੀ ਹਿੱਲੀ ਤੇ ਦਿੱਲੀ ਵਿੱਚ ਵੀ ਹਿੱਲ ਗਈ। ਤੇ ਕੋਈ ਇਹ ਤੇ ਬਹੁਤ ਹੀ ਕਿੱਦਾਂ ਕਹੀਏ ਮੈਨੂੰ ਤੇ ਲੱਗਦਾ ਅੱਜ ਜਿੰਨਾ ਅਫਸੋਸ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬਾਦਲ ਇਸ ਸ਼੍ਰੋਮਣੀ ਕਾਲੀ ਦਲ ਬਾਦਲ ਜਿਹਨੂੰ ਕਹਿੰਦੇ ਜਾਂ ਕੱਲਾ ਸ਼੍ਰੋਮਣੀ ਕਾਲੀ ਦਲ ਵੀ ਕਹਿ ਲੋ ਫਿਰ ਵੀ ਬਾਦਲ ਹੈ ਇਹ ਉਹਨਾਂ ਦੇ ਘਰ ਜਿੰਨਾ ਅਫਸੋਸ ਹੋਣਾ ਮਤਲਬ ਜਿਹਨੂੰ ਕਹਿੰਦੇ ਸੱਤ ਘੜੇ ਪਾਣੀ ਪੈ ਜਾਂਦਾ ਇਹ ਇੱਕੋ ਹੀ ਚਿਹਰਾ ਸਾਹਮਣੇ ਆਇਆ ਸੀਦਾ ਮਨਜਿੰਦਰ ਸਿੰਘ ਸਰਸਾ ਸਾਰੇ ਕਿਸਾਨ ਅੰਦੋਲਨ ਤੁਹਾਨੂੰ ਯਾਦ ਹੈ ਜਦੋਂ ਮੀਟਿੰਗਾਂ ਆਂਦੀਆਂ ਸੀ ਤੇ ਖੁਦ ਲੈ ਕੇ ਰਾਸ਼ਨ ਪਾਣੀ ਹੁੰਦੇ ਸੀ ਇੱਕ ਵਾਰੀ ਤੇ ਇੱਕ ਦੋ ਵਾਰ ਤੇ ਮੰਤਰੀ ਨੇ ਵੀ ਖਵਾ ਲਿਆ ਕਿ ਕਿਸਾਨ ਵੀਰ ਸਾਡੇ ਮੀਟਿੰਗ ਤੋਂ ਬਾਅਦ ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਉਹ ਲੈ ਕੇ ਲਗਾਤਾਰ ਸੇਵਾ ਕਰਦੇ ਲੰਗਰ ਵੀ ਲਗਦਾ ਸਭ ਤੋਂ ਪਹਿਲਾਂ ਲੰਗਰ ਇਹਨਾਂ ਦਾ ਲੱਗਾ ਸੀ 27 ਤਰੀਕ ਨੂੰ 27 ਨਵੰਬਰ ਮੈਂ ਦੇਖਿਆ ਮੈਂ ਖੁਦ ਉੱਥੇ ਸੀ ਇਸ ਲਈ ਇਹ ਸਾਰਾ ਚਿਹਰਾ ਜਿਹੜਾ ਅਮਰ ਹੋਇਆ ਸੀ ਉਹਨੂੰ ਭਾਜਪਾ ਹੀ ਲੈ ਜਾਏ ਔਰ ਜਿਹਦੇ ਵਿਰੁੱਧ ਇਹ ਸਾਰੀ ਮੂਵਮੈਂਟ ਹੋ ਗਈ ਇਹਦੇ ਨਾਲੋਂ ਮਾੜੀ ਗੱਲ ਸਰਸੀਲੀ ਵੀ ਨਹੀਂ ਕੋਈ ਹੋ ਸਕਦੀ ਤੇ ਸ਼ਰੂਮਣੀ ਕਾਲੀਦਾਲ ਵੀ ਕਿਉਂਕਿ ਚਿਹਰਾ ਹੀ ਉਹਨਾਂ ਦਾ ਇਹ ਹੀ ਸੀਗਾ ਸਭ ਤੋਂ ਵੱਧ ਜਿਹੜਾ ਦਿਖਿਆ ਇਹ ਤਾਂ ਬਹੁਤ ਇਹਦੇ ਇੰਜ ਕਹਿ ਲਓ ਕਿ ਡਾਕਾ ਮਾਰ ਲਿਆ ਬੰਦੇ ਦੇ ਨੇ ਥੋੜੀ ਪਤਾ ਲਿਆ ਕੀ ਗੱਲ ਹੋਈ ਹੈ ਉਹ ਕੋਈ ਕਹਿੰਦੇ ਗੋਲਕ ਚੋਂ ਪੈਸੇ ਕੱਟ ਨਿਕਲੇ 60-65 ਲੱਖ ਰੁਪਈਆ ਤੇ ਕੋਈ ਇਹੋ ਜੀ ਗੱਲ ਉਹਦੀ ਕੋਈ ਐਫ ਆਈ ਆਰ ਦਰਜ ਹੋ ਗਈ ਕਿ ਰੱਬ ਜਾਣੇ ਕੀ ਹੋਇਆ ਉਸ ਦਾ ਬਾਹ ਮਰੋੜ ਕੇ ਅਗਲੇ ਅੱਖਾਂ ਵੀ ਦੇ ਵੈਸੇ ਵੀ ਦਸਾਂ ਇਹ ਹੁਣ ਸੇਕ ਲੱਗਣਾ ਹੀ ਲੱਗਣਾ ਕਾਲੀ ਦੇ ਕਾਲੀਦਾਲੀ ਕਹਿੰਦਾ ਕਿ ਇੱਕ ਵਾਰੀ ਬਾਹਰ ਆ ਕੇ ਮੈਂ ਇੱਕਦਮ ਗੰਗਾ ਨਹਾਇਆ ਹੈ ਨਾ ਜਾਂ ਦਰਬਾਰ ਸਾਹਿਬ ਦੇ ਸਰੋਵਰ ਚ ਨਹਾ ਕੇ ਮੈਂ ਸਾਫ ਸੁਥਰਾ ਹੋ ਜੂੰਦਾ ਇਹ ਜੇ ਨਹੀਂ ਉੱਥੇ ਜਿਹੜਾ ਗੰਦ ਚਿਪਕਿਆ ਹੌਲੀ ਹੌਲੀ ਲੱਥੂਗਾ ਇਹ ਉਹਨੂੰ ਕਮਲ ਤੇ ਲੜਾਇਆ ਸੀ ਅਰਥਾ ਦਾਵ ਕਮਲ ਤੇ ਲੜੇ ਹੋਇਆ ਐਜ਼ ਸ਼ਰੂਮਣੀ ਕਾਲੀਦਲ ਜੀ ਬਿਲਕੁਲ ਤੇ ਫਿਰ ਕਮਲ ਵਾਲੇ ਲੈ ਗਏ ਫਿਰ ਇਹਨਾਂ ਤੇ ਗੱਲ ਕੀ ਸੀ ਕਮਲ ਵਾਲਿਆਂ ਤੇ ਹੀ ਲੜਿਆ ਸੀ ਤੇ ਕਮਲ ਵਾਲੇ ਹੀ ਲੈ ਗਏ ਪਹਿਲਾਂ ਤੇ ਪਿਆਰ ਪਿੰਗਾ ਇੰਨੀਆਂ ਝੂਠੀਆਂ ਵੀ ਇਹ ਵੀ ਨਹੀਂ ਦੇਖਿਆ ਕਿ ਕੱਲ ਨੂੰ ਕਿਤੇ ਤੋੜ ਵਿਛੋੜਾ ਹੋ ਸਕਦਾ ਉਹ ਪਿਆਰ ਜਿਹੜਾ 25 ਸਾਲ ਦਾ ਨੌ ਮਾਸ ਦਾ ਰਿਸ਼ਤਾ ਨਾ ਉਹ ਦਰਦ ਖਾਂਦਾ ਜਿਹੜੀ ਛਿਲਤ ਲੱਗੀ ਆ ਨਾ ਨੌਂ ਚ ਹੁਣ ਇਸ ਗੱਲ ਦੀ ਪਿਆਰ ਦੀ ਹੁਣ ਜਿਹੜੀ ਛਿਲਤ ਲੱਗੀ ਉਹਦਾ ਦਰਦ ਬੜਾ ਹੁੰਦਾ ਉਹ ਹੋ ਰਿਹਾ ਭਗਤ ਨੂੰ ਕੀ ਕਹਿ ਸਕਦੇ ਆ ਇਹ ਵੱਡੀਆਂ ਗਲਤੀਆਂ ਕੀਤੀਆਂ ਤੇ ਉਹਦੇ ਜਿਹੜੇ ਖਮਿਆਜੇ ਵੀ ਵੱਡੇ ਹੈਗੇ ਆ ਪਰ ਇੱਕ ਗੱਲ ਮੈਂ ਇਹਦੇ ਤੋਂ ਜ਼ਰੂਰ ਕਹਿਣਾ ਇਹ ਆਪਾਂ ਕੋਸਣ ਕਾਸਣ ਦੀ ਜਗ੍ਹਾ ਇਹਦਾ ਸਿੱਟਾ ਕੀ ਨਿਕਲਿਆ ਸਿੱਟਾ ਇਹ ਆ ਕਿ ਕੇਂਦਰੀ ਸਰਕਾਰ ਇਸ ਵੇਲੇ ਬਿਲਕੁਲ ਉਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਨੂੰ ਲੈ ਰਹੀ ਹੈ ਜਿਵੇਂ ਕੋਈ ਮਾਫੀਏ ਦੇ ਤੌਰ ਤੇ ਨਹੀਂ ਹੁੰਦਾ ਕਿ ਸਾਰਿਆਂ ਨੂੰ ਡਰਾ ਕੇ ਧਮਕਾ ਕੇ ਈਡੀ ਪਿੱਛੇ ਲਾ ਕੇ ਸੀਬੀਆਰ ਵੀ ਜੋ ਵੀ ਹੈ ਸਾਰਾ ਕੁਝ ਇਹ 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 ਲਾ ਕੇ ਸਾਰਾ ਕੁਝ ਉਹਨਾਂ ਨੂੰ ਪਿੱਛੇ ਆਈਬੀ ਕਹਿਣਾ ਸੀ ਇਹ ਸਾਰਾ ਕੁਝ ਲਾ ਕੇ ਪਿੱਛੇ ਲੋਕਾਂ ਨੂੰ ਬਾਹ ਮਰੋਣ ਵਾਲੇ ਸਖਵਾਲ ਖੈਰ ਆ ਆ ਹੋਰ ਵੀ ਕਈ ਹੋਣਗੇ ਇਹ ਪਤਾ ਨਹੀਂ ਕਿਹੜੇ ਕਿਹੜੇ ਜਾਣਗੇ ਕਈਆਂ ਦਾ ਮੈਂ ਹੋਰ ਵੀ ਸੁਣਿਆ ਪਿਆਰ ਜਿਨ੍ਹਾਂ ਦੀ ਆ ਪਿੱਛੇ ਮੇਰੇ ਖਿਆਲ ਜਾਲੀ ਦਾ ਵੀ ਕੁਝ ਹੋਇਆ ਕੁਝ ਇਸ ਤਰੀਕੇ ਦੇ ਰੇਡ ਰੂਟ ਪਏ ਇਹ ਜਿਹੜਾ ਹੋ ਰਿਹਾ ਨਾ ਤੁਸੀਂ ਹੈ ਹਾਂਜੀ ਆਈਟੀ ਦੀ ਇਨਕਮ ਟੈਕਚੁਅਲੀ ਫਿਰ ਇਹ ਜਿਹੜੇ ਇਹ ਸਾਰਾ ਕੁਝ ਰੈਡੋ ਰੈਡੀ ਹੋ ਰਿਹਾ ਉਹਨਾਂ ਦਾ ਵੀ ਹੋ ਗਿਆ ਆਪਣੇ ਗਰਦੀਪ ਉਹਨਾਂ ਦੇ ਵੀ ਹੋਏ ਆ ਹੂੰ ਇਹ ਜਿਹੜੇ ਰੈਡੋ ਰੈਡੀ ਹੋ ਰਿਹਾ ਇਹ ਮਾਮਲਾ ਇਹੀ ਹੈ ਵੀ ਜਾਂ ਤੇ ਕਮਲ ਫੜ ਲਓ ਜਾਂ ਫਿਰ ਤੁਸੀਂ ਆਪਣਾ ਸੰਭਾਲੋ ਫਿਰ ਅਸੀਂ ਤੁਹਾਨੂੰ ਕਰਾਂਗੇ ਖਦੇੜਾਂਗੇ ਅਸੀਂ ਛੱਡ ਦੇਈ ਤੁਹਾਨੂੰ ਇਸ ਕਿਸਮ ਦੀ ਜਿਹੜੀ ਚੋਰ ਬੁਝਾਰੀ ਦੀ ਰਾਜਨੀਤੀ ਸੀ ਸਾਰਿਆਂ ਨੂੰ ਕਈਆਂ ਦੀਆਂ ਨੀਂਦਾਂ ਆਵਣ ਨੇ ਕਈਆਂ ਦਾ ਬੀਪੀ ਖਰਾਬ ਹੋਊਗਾ ਜੇ ਥੋੜਾ ਖਾਂਦੇ ਹੈ ਨਾ ਜਿੰਨਾ ਰੱਬ ਨੇ ਦਿੱਤਾ ਤੇ ਨਾਮ ਨਾਲ ਸੌਂਦੇ ਆਂ ਟਾਣ ਕੇ ਸੌਂਦੇ ਹੈ ਨਾ ਕੋਈ ਦਿੱਕਤ ਨਹੀਂ ਸੀ ਹੁਣ ਇਹ ਸਾਰਿਆਂ ਲਈ ਦਿੱਕਤਾਂ ਡਰ ਪੈ ਅੱਧੇ ਦਿਨ ਵੈਸੇ ਬੇਰ ਛੱਡ ਜਾਣੇ ਆ ਡਰਾ ਕੇ ਲੈ ਜਾਣੇ ਇਹਨਾਂ ਨੇ ਇਕੱਠੇ ਕਰਕੇ ਕਿਉਂਕਿ ਕੰਮ ਤੇ ਸਾਹਿਬ ਮੈਨੂੰ ਪਤਾ ਮੇਰੇ ਗੱਲਾਂ ਕਰਦੇ ਹੋ ਆਪ ਦੱਸਦੇ ਸਨ ਬਿਲਕੁਲ ਅੱਧੇ ਤੇ ਇਹ ਜੇ ਜਾਣ ਕੇ ਬਲੈਕ ਮਿਲ ਕਰਕੇ ਹੁਣ ਤੁਸੀਂ ਹੌਲੀ ਹੌਲੀ ਤੁਹਾਨੂੰ ਸਮਝ ਪੈ ਜੂਗੀ ਕਿ ਇਸ ਜਿਹੜੀ ਬੀਜੇਪੀ ਪੰਜਾਬ ਅੰਦਰ ਕਿਉਂ ਕਹਿੰਦੀ ਸੀ 117 ਸੀਟਾਂ ਤੇ ਲੜਾਂਗੇ ਆ ਬਾਕੀ ਹੋਰ ਵੀ ਲਾਈਨਾਂ ਲਗੀਆਂ ਹੁਣ ਪਤਾ ਲੱਗ ਗਿਆ ਹੁਣ ਤੇ ਕੋਈ ਸਵਾਲ ਨਹੀਂ ਰਹਿਦਾ ਕਿ ਕੈਪਟਨ ਅਮਰਿੰਦਰ ਸਿੰਘ ਕਿਉਂ ਜਾ ਕੇ ਹੋ ਮੰਤਰੀ ਦੇ ਗੋਡੀਆਂ ਪੈ ਕੇ ਗੋਡੇ ਪੜਲੇ ਪੈਰ ਨਹੀਂ ਮੈਂ ਕਹਿੰਦਾ ਗੋਡੇ ਤੇ ਫੜੇ ਹੀ ਆ ਬਿਲਕੁਲ ਇਹ ਇਹੀ ਗੱਲ ਆ ਜਿਹੜੀ ਆਪਾਂ ਉਦੋਂ ਵੀ ਕਿਹਾ ਸੀ ਕਿ ਵੱਡੇ ਵੱਡੇ ਜਿਹੜੇ ਸਾਰੇ ਕੁਝ ਕਪੜੇ ਰਪੜੇ ਸਾਰਾ ਕੁਝ ਕੀਤੇ ਹੋਇਆ ਉਹ ਅਗਲੇ ਦਬਕਾ ਮਾਰ ਦਿਆ ਇਹ ਜਿਆਦਾ ਸਿਆਣੇ ਆ ਚੋਸਤਿਆ ਇਹ ਤੋਂ ਪਹਿਲਾਂ ਕਿ ਕੋਈ ਦਬਕਾ ਮਾਰੇ ਕਿ ਸੁਖਪਾਲ ਖੈਰੇ ਵਾਂਗੂ ਕੋਈ ਖੱਜਲ ਖਵਾਰੀ ਹੋਵੇ ਇਹਨਾਂ ਨੇ ਕਿਹਾ ਜੀ ਉਹ ਤੇ ਬੰਦੇ ਹੀ ਬੜੇ ਚੰਗੇ ਅਸੀਂ ਤੇ ਤੁਹਾਡੇ ਹੀ ਆ ਅਸੀਂ ਤੇ ਵੈਸੇ ਇੱਥੇ ਬੈਠੇ ਸੀ ਪਹਿਲਾਂ ਵੀ ਤੇ ਤੁਹਾਡੀ ਸੇਵਾ ਕੀਤੀ ਇੱਥੇ ਬਹਿ ਗਏ ਅਸੀਂ ਕਿਹੜਾ ਕੋਈ ਕਾਂਗਰਸ ਦਾ ਕੰਮ ਕੀਤਾ ਹਾਂ ਤੇ ਹੁਣ ਅਸੀਂ ਤੁਹਾਡੇ ਉੱਪਰ ਲੀਆਂ ਇਹ ਸਾਰੀ ਗੱਲਾਂ ਇੰਜ ਤੈਹ ਹੁੰਦੀਆਂ ਇਸ ਕਿਸਮ ਦੀ ਦਾਦਾਗਰੀ ਦੀ ਰਾਜਨੀਤੀ ਹੈ ਹੋਊਗੀ ਇਹ ਮਾੜੀ ਗੱਲ ਜੇ ਇਕੱਲੇ ਇਕੱਲੇ ਬੰਦੇ ਨੂੰ ਡਰਾ ਕੇ ਧਮਕਾ ਕੇ ਕੋਈ ਆਪਣੇ ਤਾਨਾਸ਼ਾਹੀ ਇੱਥੇ ਰੂਲ ਚੱਲੂਗਾ ਕਿਸੇ ਰੂਲ ਰਾਹੀਂ ਨਹੀਂ ਲੋਕਾਂ ਨੂੰ ਫੜਿਆ ਜਾਊਗਾ ਸਿੱਧਾ ਡਰਾਅ ਤਮਕਾ ਕੇ ਕੀਤਾ ਜਾਊਗਾ ਇਹ ਦੇਸ਼ ਦੀ ਡੈਮੋਕ੍ਰੇਸੀ ਦੀ ਦੇਸ਼ ਦੇ ਸੰਵਿਧਾਨ ਲਈ ਤੇ ਦੇਸ਼ ਦੀ ਕਿਸੇ ਵੀ ਲੋਕਤੰਤਰਕ ਪ੍ਰਣਾਲੀ ਲਈ ਮਾੜਾ ਦੇਣ ਹੋਊਗਾ ਕੋਈ ਚੰਗਾ ਦੇਣ ਨਹੀਂ ਪਰ ਨਾਲ ਹੀ ਜਿਹੜੀਆਂ ਜਿਹੜੇ ਦੋਵੇਂ ਥਾਂ ਹੀ ਲੁੱਟੀ ਜਾਂਦੇ ਸੀ ਮਾਲ ਭੜੀ ਜਾਂਦੇ ਸੀ ਟੱਬਰਾਂ ਲਈ ਹੋਰ ਨਾਲ ਹੀ ਉਹ ਫਿਰ ਆਜੋਣੇ ਜਵਾਬ ਦੇਣ ਨਹੀਂ ਅਗਲੇ ਜਿਹੜੇ ਹੁਣ ਉਸ ਗੱਲ ਦਾ ਜਾਂ ਤੇ ਉਸਦੇ ਤੋਂ ਮਾਫੀ ਮੰਗ ਲੈਣ ਛੱਡ ਦੇਣ ਸਾਧੂ ਹੋ ਕੇ ਦੁਬਾਰਾ ਆ ਜਾਣ ਰਾਜਨੀਤੀ 'ਚ ਕਿਹਾ ਅਸੀਂ ਸਾਰਾ ਛੱਡਿਆ ਸੀ ਲੋਕਾਂ ਨੂੰ ਦੇ ਲੋਕਾਂ ਨੂੰ ਦੇ ਦੇਣ ਬਥੇਰੇ ਤੇ ਗਰੀਬ ਹੈਗੇ ਆ ਤੇ ਫਿਰ ਨੰਗੇ ਧੜ ਆ ਜਾਣ ਨਹੀਂ ਤੇ ਪੁਰਾਣੇ ਤਰੀਕੇ ਦੇ ਨਾਲ ਜਾਂ ਤੇ ਉਧਰੋਂ ਜਾਂ ਥੱਲੇ ਕਿਸਾਨ ਬੈਠੇ ਡੰਡੇ ਲੈ ਕੇ ਕਾਲੇ ਢੰਡੇ ਬੰਨ ਕੇ ਉਧਰੋਂ ਵੀ ਮਾੜਾ ਤੇ ਦਿੱਲੀੋਂ ਵੀ ਮਾੜਾ ਇੱਥੇ ਹੁਣ ਸੂਬਿਆਂ ਦੀਆਂ ਇਹੋ ਜਿਹੇ ਲੀਡਰ ਕਿਵੇਂ ਰਾਜਨੀਤੀ ਕਰਨਗੇ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਬਿਲਕੁਲ ਬਿਲਕੁਲ ਕੇਜਰੀਵਾਲ ਸਾਹਿਬ ਦੀ ਰਾਜਨੀਤੀ ਹਰ ਰੋਜ਼ ਸਵਾਲੇ ਹੋ ਜਾਂਦਾ ਕਿਉਂਕਿ ਉਹਨਾਂ ਦੇ ਐਕਸ਼ਨ ਜਿਹੜੇ ਨੇ ਪੰਜਾਬ 'ਚ ਬੜੀ ਸਰਗਰਮੀ ਦਿਖਾ ਰਹੇ ਨੇ ਸੋਸੋਧਿਆ ਸਾਹਿਬ ਸਕੂਲਾਂ ਛਾਪੇ ਮਾਰ ਰਹੇ ਨੇ ਕੇਜਰੀਵਾਲ ਸਾਹਿਬ ਟਵੀਟ ਤੇ ਟਵੀਟ ਪੰਜਾਬੀ ਦੇ ਵਿੱਚ ਅੱਜ ਕੱਲ੍ਹ ਤਾਂ ਖਾ ਪਾ ਪਹਿਲੇ ਦਿਨ ਇੱਕ ਥੋੜੇ ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਪੰਜਾਬੀ ਨਹੀਂ ਬੋਲਦੇ ਹੁਣ ਤਾਂ ਪੰਜਾਬੀ ਸਾਰੇ ਬੋਲਦੇ ਰਾਗਵ ਚੱਡਾ ਵੀ ਪੰਜਾਬੀ ਬੋਲਦੇ ਕੇਜਰੀਵਾਲ ਸਾਹਿਬ ਆਪ ਪੰਜਾਬੀ ਚ ਸੁਨੇਹੇ ਦਿੰਦੇ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਚੰਗੇ ਆ ਸਾਨੂੰ ਇਹ ਕਾਲੇ ਅੰਗਰੇਜ਼ ਕਹਿੰਦੇ ਨੇ ਲੋਕਾਂ ਨੂੰ ਕਾਲੀ ਪਸੰਦ ਨੇ ਪੰਜਾਬ ਦੇਆਂ ਨੂੰ ਅਸੀਂ ਉਹਨਾਂ ਦਾ ਬੇਟਾ ਜਿਹੜਾ ਕਾਲਾ ਆ ਕੋਈ ਗੱਲ ਨਹੀਂ ਕਿੱਦਾਂ ਦੇਖਦੇ ਹੋ ਇਹ ਸਾਰੇ ਦੇਖੋ ਇਹ ਜਿਹੜੀ ਪਾਰਟੀ ਹੈ ਨਾ ਇਹ ਆਮ ਆਦਮੀ ਪਾਰਟੀ ਨਹੀਂ ਮੈਂ ਬਾਰ-ਬਾਰ ਕਹੀ ਨਾ ਇਹ ਕੇਜਰੀਵਾਲ ਪਾਰਟੀ ਹੈ મિત્રા ਦਾ નામ ચાલਦਾ એ એ ਦਾ ਹੀ નામ ਆ એ ਦੀ ਝੰਡੇ ਦੇ ફોટો ਹੁੰਦੀ ਆ ਸਾਰੀ ਜਗ੍ਹਾ ਹਰ ਜਗ੍ਹਾ ਤੇ ਕੋਈ ਬੈਨਰ ਕੋਈ ਬਿਆਨ ਕੋਈ ਐਡਵਰਟਾਈਜ਼ਮੈਂਟ ਕੁਝ ਨਹੀਂ ਹੋ ਸਕਦਾ ਬਿਨਾ ਕੇਜਰੀਵਾਲ ਦੇ ਥੋਪੜੇ ਤੋਂ ਹਾਂ ਪੰਜਾਬ ਦੇ ਵਿੱਚ ਇੱਕ ਚੱਲ ਵੀ ਰਿਹਾ ਪ੍ਰੋਫੈਸਰ ਸਾਹਿਬ ਇੱਕ ਮੌਕਾ ਕੇਜਰੀਵਾਲ ਨੂੰ ਸਰ ਸਾਰਾ ਕੁਝ ਕੇਜਰੀਵਾਲੇ ਇੱਕ ਬੰਦੇ ਦੀ ਪਾਰਟੀ ਆ ਇਹ ਤੇ મોદી ਤੋਂ ਵੀ 10 ਦਸ ਰੱਤیاں ਤਾਂ ਆ ਲੋਕ ਪਤਾ ਨਹੀਂ ਕਿਉਂ ਨਹੀਂ ਇਹ ਗੱਲ ਨੂੰ ਛੋਟੀ ਤੋਂ ਛੋਟੀ ਗੱਲ ਨੂੰ ਸਮਝਦੇ ਕਿ ਜੇ ਅਸੀਂ ਮੋਦੀ ਤੋਂ ਇੰਨੇ ਪਰੇਸ਼ਾਨ ਆ ਉਹਨੇ ਨਾ ਤੇ ਕਿਸੇ ਕੈਬਨਿਟ ਦੀ ਮੀਟਿੰਗ ਕਰਕੇ ਕੋਈ ਫੈਸਲਾ ਨੋਟਬੰਦੀ ਵੇਲੇ ਕੀਤਾ ਤਬਾਹ ਕਰਤਾ ਸਰ ਨਾ ਹੁਣ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਲਈ ਤੁਸੀਂ ਸੁਣਿਆ ਕਿਤੇ ਵੀ ਕੈਬਨਿਟ ਚਾ ਫੈਸਲਾ ਹੋਇਆ ਮੈਨੂੰ ਨਹੀਂ ਲੱਗਦਾ ਦੋ ਚਾਰ ਬੰਦਿਆਂ ਨਾਲ ਨਿੱਜੀ ਨਾ ਭਾਵੇਂ ਕਿਤੇ ਗੱਲ ਕਰਨ ਲਈ ਹੋਵੇ ਫਾਰਮਲ ਸਰਕਾਰ ਕਿਵੇਂ ਸਰਕਾਰਾਂ ਚ ਫੈਸਲੇ ਏਡੇ ਵੱਡੇ ਕਿਵੇਂ ਹੁੰਦੇ ਉਹ ਕੋਈ ਨਹੀਂ ਕਰ ਲੈਂਦੇ ਇਹ ਕੇਜਰੀਵਾਲ ਤੇ ਬਿਲਕੁਲ ਉਹਨਾਂ ਨਾਲ ਵੀ ਰਿਫਾਈਂਡ ਤੇ ਜ਼ਿਆਦਾ ਤਿੱਖਾ ਡਿਕਟੇਟੋਰੀਅਲ ਮਾਈਂਡ ਹੈਗਾ ਇਹਨਾਂ ਦਾ ਤਾਨਾਸ਼ਾਹ ਮਾਈਂਡ ਹੈਗਾ ਦੁਕਾਨ ਹੈ ਬੇਸਿਕਲੀ ਦੁਕਾਨ ਹੈ ਨਹੀਂ ਤੇ ਤੁਸੀਂ ਮੈਨੂੰ ਆਪ ਸੋਚ ਕੇ ਦੱਸੋ ਇਹ ਚਲੋ ਇਹ ਤੇ ਇਹ ਤੇ ਮਮੋ ਠੰਗਣੀਆਂ ਸਾਰੇ ਕਰਦੇ ਹੀ ਹੁੰਦੇ ਆ ਪੰਜਾਬੀ ਬੋਲੋ ਇਹ ਤੇ ਕੋਈ ਕੋਚ ਕੋਈ ਕੋਚ ਇਹ ਸਾਰਾ ਕੁਝ ਕਰਨਗੇ ਕਰਨਗੇ ਕਿਉਂਕਿ ਤੇ ਪੰਜਾਬੀ ਹਿੰਦੀ ਬੋਲਣ ਵਾਲਿਆਂ ਨੂੰ ਐਕਸੈਪਟ ਨਹੀਂ ਕਰਦੇ ਪਰ ਇਹ ਲੈਣ ਕੀ ਹੁੰਦੇ ਬਾਰ ਬਾਰ ਇਥੇ ਰੈਲੀਆਂ ਚ ਆ ਕੇ ਬੋਲਣ ਵੱਡੀਆਂ ਰੈਲੀਆਂ ਹੁਣ ਸਾਰੇ ਉਹਦੇ ਚ ਕੋਈ ਹਰਜ ਨਹੀਂ ਇਹ ਤੇ ਸਾਰਾ ਕੰਮ ਹੀ ਆਪ ਕਰਨ ਲੱਗੇ ਆ ਵੀ ਜਿਵੇਂ ਇਥੇ ਦੀ ਪਾਰਟੀ ਡਿਫੰਕਟ ਹੋਵੇ ਉਹ ਪਿੱਛੇ ਪੂਜਜੀ ਬਣ ਕੇ ਅੱਜ ਸੁਸੋਧੀਆਂ ਦੇ ਨਾਲ ਭਗੰਤ ਮਾਨ ਸੀਗਾ ਮੈਨੂੰ ਤੇ ਨਹੀਂ ਦਿਖਿਆ ਹੋਰ ਕੋਈ ਚੀਮਾਂ ਸੀਗਾ ਮੈਨੂੰ ਉਹ ਵੀ ਨਹੀਂ ਦਿਖੀ ਇਹ ਇਥੇ ਇਹ ਇਥੇ ਜਿਹੜਾ ਡੀਈਓ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਹੁੰਦਾ ਜਿਹੜਾ ਨਾ ਛਾਪਾ ਮਾਰਨ ਇਹ ਛਾਪਾ ਮਾਰਨ ਆਏ ਹੋਇਆ ਹੱਦ ਹੋ ਗਈਆਂ ਕਿਸੇ ਡਿਪਟੀ ਚੀਫ ਮਿਨਿਸਟਰ ਨੂੰ ਇਸ ਸੋਭਦਾ ਹੈਗਾ ਇਥੇ ਸਾਡਾ ਚੰਨੀ ਉੱਥੇ ਜਾ ਕੇ ਸਕੂਲਾਂ 'ਚ ਦੇਖਦਾ ਫਿਰ ਇਹ ਵੀ ਤੁਹਾਡੇ ਸਕੂਲ ਕਿਹੋ ਜਿਹਾ ਚੰਗਾ ਲੱਗੂਗਾ ਇਹ ਤੇ ਬੜੀ ਬਦਤਮੀਜ਼ੀ ਵਾਲੀਆਂ ਗੱਲਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਆਪਣੀ ਪਾਰਟੀ ਕਰੇ ਕੋਈ ਨਹੀਂ ਹੈ ਭਗਵੰਤ ਮਾਨ ਕਰੇ ਚੀਮਾ ਕਰੇ ਅਮਨ ਰੋੜਾ ਕਰੇ ਹੋਰ ਕੋਈ ਜਿਨ੍ਹਾਂ ਨੇ ਕਰਨਾ ਉਹ ਜਾ ਕੇ ਸਕੂਲਾਂ ਚ ਮੀਡੀਆ ਨੂੰ ਨਾਲ ਲੈ ਜਾ ਕੇ ਦਿਖਾ ਲੈਣ ਠੀਕ ਹੈ ਇਹ ਗੱਲ ਸਾਨੂੰ ਚੰਗਾ ਲੱਗਦਾ ਕਿ ਜਿਹੜੀ ਸਰਕਾਰਾਂ ਨੇ ਪਿਛਲਿਆਂ ਨੇ ਕਿਵੇਂ ਸਾਡੀ ਤਬਾਹੀ ਕੀਤੀ ਸਿਸਟਮ ਦੀ ਉਹ ਦਿਖਾਉਣਾ ਚਾਹੀਦਾ ਪਰ ਤੁਸੀਂ ਸਿਲੇਕਟਿਵਲੀ ਉਹ ਹੁਣ ਇਹਨਾਂ ਦੀ ਗੱਲ ਸੁਣ ਲਓ ਮੈਂ ਇਹ ਗੱਲ ਬੜੀ ਇੰਪੋਰਟੈਂਟ ਆ ਗੱਲ ਥੋੜੀ ਲੰਬੀ ਹੋ ਗਈ ਇੰਨਾ ਦੀਆਂ ਤਕਰੀਬਨ 30 ਹਜ਼ਾਰ ਅਸਾਮੀਆਂ ਆਪਣੀਆਂ ਖਾਲੀ ਆ ਸਕੂਲਾਂ ਦੀਆਂ ਪੰਜਾਬ ਦਾ ਸਕੂਲ ਆ 20 ਹਜ਼ਾਰ ਇਹਨਾਂ ਦਾ ਸਕੂਲ ਆ 1000 ਬਾਕੀ ਸਕੂਲ ਜਿਹੜੇ ਆ ਜਿਹੜੇ ਗਵਰਨਮੈਂਟ ਦੇ ਆ ਬਾਕੀ ਸਕੂਲ ਐਮ ਸੀ ਦੇ ਆ ਟੋਟਲ 2.5 ਹਜ਼ਾਰ ਕਿੰਨੇ ਸਕੂਲ ਉਹ ਤੋਂ ਥੱਲੇ ਥੱਲੇ ਸਕੂਲ ਆ ਇਹਨਾਂ ਦੇ ਟੋਟਲ ਦਿੱਲੀ ਦੇ ਇਹ ਇਹ ਜਾਨੀ ਇੱਥੇ ਆ ਕੇ 1000 ਦਾ 20 ਹਜ਼ਾਰ ਨਾਲ ਕੀ ਮੁਕਾਬਲਾ ਕਰਦੇ ਆ ਪੰਜਾਬ ਦੀ ਜਿਹੜੀ ਜਿਹੜਾ ਨੈਸ਼ਨਲ ਇੰਡੈਕਸ ਜਿਹੜਾ ਹੁਣੇ ਗਵਰਨਮੈਂਟ ਵੱਲੋਂ ਕਰਵਾਇਆ ਗਿਆ ਨੰਬਰ 1 ਤੇ ਆਸੀ ਨੰਬਰ 3 ਤੇ ਛੱਦ ਕੇਰਲਾ ਹੈਗਾ ਆ ਇਹ ਨੰਬਰ 6 ਦੇ ਉੱਤੇ ਆ ਕੇਰਲਾ ਕਿ ਕਿ ਇਹਨਾਂ ਨੂੰ ਕੋਈ ਹੋਰ ਕਿੱਥੋਂ ਆਪਾਂ ਕਿਹੜੀ ਕਿਹੜੇ ਪੈਰਾਮੀਟਰ ਦੀ 75% ਸਕੂਲਾਂ ਦੇ ਜਿਹੜਾ 1000 ਸਕੂਲ ਇਹਨਾਂ ਦੇ ਅੰਦਰ ਆ 75% ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈ ਜੀ हां ਜੇ ਕਹੋ ਤਾਂ ਮੈਂ ਸਾਰੇ ਡਾਟਾ ਤੁਹਾਨੂੰ ਮੈਂ ਭੇਜ ਦੇਣਾ ਜਿਹੜਾ ਲੋਕਾਂ ਨੇ ਆਰਟੀ ਗਈਆਂ ਚਲਿਆ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਅੰਡਰ ਐਮ ਸੀ ਡੀ ਦੇ ਅੰਦਰ ਸਕੂਲ ਆ ਟੀਚਰ ਦਵੱਥੜਾ ਮਾਰ ਕੇ ਰਹਿੰਦੇ ਆ ਕਿ ਸਾਨੂੰ ਕੋਈ ਇੱਕ ਵੀ ਟੀਚਰ ਪੱਕਾ ਨਹੀਂ ਰੱਖਿਆ ਇੱਥੇ ਹਜ਼ਾਰਾਂ ਟੀਚਰ 6 6 8000 ਤੇ ਹੋਣੇ ਹੀ ਰੱਖਿਆ ਕਿ ਕਿੰਨੇ ਕੋਈ ਥੋੜੇ ਜਿਆਦਾ 6000 ਕਿੰਨੇ ਮੈਨੂੰ ਐਗਜ਼ੈਕਟ ਯਾਦ ਨਹੀਂ ਰਿਹਾ ਇੱਕ ਵੀ ਟੀਚਰ ਨਹੀਂ ਰੱਖਿਆ ਪੱਕਾ ਇਹਨਾਂ ਨੇ ਇਹਨੀਆਂ ਪੋਸਟਾਂ ਖਾਲੀ 42% 42% ਵੈਕੈਂਸੀਆਂ ਪਈਆਂ ਐਵੇਂ ਹੀ ਤੁਸੀਂ ਕੇਜਰੀ ਵਾਲਾ ਹੁਣਾਂ ਦਾ ਕੰਮ ਇਹ ਆ ਕਿ 5 ਰੁਪਏ ਖਰਚੋ ਤੇ 500 ਰੁਪਏ ਦਾ ਐਡਵਰਟਾਈਜ਼ਮੈਂਟ ਕਰੋ ਮੈਨੂੰ ਕੋਈ ਦੱਸ ਰਿਹਾ ਸੀ ਕਿ ਹੁਣ ਤੱਕ 1000 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਤੇ ਉਹਦੇ ਵਿੱਚ ਖੁਦ ਕੇਜਰੀ ਵਾਲ ਹੀਰੋ ਹੁੰਦਾ ਤੁਸੀਂ ਕੱਲਾ ਇਹਨੂੰ ਕਹਿੰਦੇ ਇੱਕ ਪੋਸਟ ਟਰੂਥ ਇਹ ਜਿਹੜਾ ਐਡਵਰਟਾਈਜ਼ਮੈਂਟ ਤੇ ਸੱਚ ਨੂੰ ਮਤਲਬ ਇੱਕ ਨਿੱਕੀ ਜੀ ਗੱਲ ਨੂੰ ਇੰਨੀ ਹਵਾ ਭਰ ਦੇਣੀ ਇੰਨੀ ਹਵਾ ਭਰ ਦੇਣੀ ਕਿ ਝੂਠ ਨੂੰ ਵੀ ਸੱਚ ਬਣਾ ਦੇਣਾ ਇਹਨੂੰ ਪੋਸਟ ਟਰੂਥ ਇੱਕ ਥਿਊਰੀ ਚੱਲੀ ਹੋਈ ਹੈ ਇਹ ਉਹ ਬੰਦੇ ਆ ਇਹ ਰੋਲਾ ਇਨਾ ਪਾ ਦੇਣਾ ਮੇਂ ਕੋਈ ਨਿੱਜੀ ਤੌਰ ਤੇ ਮੇਰੀ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਇਹਨਾਂ ਦੇ ਮੁੰਡੇ ਬੰਦੇ ਜਿਹੜੇ ਇੱਥੇ ਹੈਗੇ ਬੜੇ ਚੰਗੇ ਆ ਉਹਨਾਂ ਚ ਬਹੁਤ ਸਾਰੇ ਚੰਗੇ ਬੰਦੇ ਆਏ ਆ ਆਮ ਆਦਮੀ ਪਾਰਟੀ ਇਹਨਾਂ ਨੇ ਸਾਰਿਆਂ ਤੋਂ ਪਹਿਲਾ ਕੰਮ ਹੀ ਇਹ ਕੀਤਾ ਕਿ ਸਾਰਿਆਂ ਤੋਂ ਚੰਗੇ ਬੰਦੇ ਜਿਹੜੇ ਸੀ ਵਧੀਆ ਬੰਦੇ ਸੀ ਕੱਢ ਕੇ ਬਾਹਰ ਰੱਖੇ ਇਸ ਕੀ ਕਰ ਗਿਆ ਆਪਾਂ ਹੁਣ ਇਹ ਇਹ ਤੇ ਬੂਟਾ ਲੱਗਣ ਨਹੀਂ ਦਿੰਦੇ ਹੁਣ ਵੀ ਇਹ ਕੰਮ ਜਿਹੜੇ ਕਰਨੇ ਆ ਭਾਵੇਂ ਹਸਪਤਾਲਾਂ ਦਾ ਭਾਵੇਂ ਸਕੂਲਾਂ ਦਾ ਭਾਵੇਂ ਕੋਈ ਬਿਜਲੀਾਂ ਦਾ ਜਿਹੜੇ ਵੀ ਇਹਨਾਂ ਦੇ ਮੁੱਦੇ ਆ ਇੱਥੇ ਪਾਰਟੀ ਨੂੰ ਅੱਗੇ ਲਾ ਕੇ ਕਰਨ ਪਾਰਟੀ ਨੂੰ ਐਕਟ ਉਹਨਾਂ ਨੂੰ ਤਾਕਤ ਦਿੰਦੇ ਕੋਈ ਨਹੀਂ ਕੇਜਰੀਵਾਲ ਆਪ ਆਉਂਦਾ ਆਪ ਅਨਾਉਂਸ ਕਰਕੇ ਚਲੇ ਜਾਂਦਾ ਫਿਰ ਵਾਪਸ ਚਲੇ ਜਾਂਦਾ ਇਹ ਪੰਜਾਬੀ ਬੋਲਣਾ ਤੇ ਇਹਨਾਂ ਦਾ ਵੈਲਕਮ ਆ ਸਾਨੂੰ ਵੀ ਚੰਗਾ ਲੱਗਦਾ ਚਲੋ ਚੰਗਾ ਆ ਕੇ ਘਟੋ ਘਾਟੀ ਇਹਨਾਂ ਨੂੰ ਅਸੀਂ ਪੰਜਾਬੀ ਬੋਲਣੇ ਲਾ ਦਿੱਤਾ ਪਰ ਜਿਹੜੀ ਇਹ ਨੀਅਤ ਕਹਿ ਰਿਹਾ ਨੀਅਤ ਇਹਨਾਂ ਦੀ ਠੀਕ ਨਹੀਂ ਹੈ ਇੱਥੇ ਆ ਕੇ ਇਹ ਵਿਹਲੇ ਉੱਥੇ ਬੈਠੇ ਆ ਇਹਨਾਂ ਕੋਲ ਪਾਵਰ ਹੀ ਕੋਈ ਨਹੀਂ ਜੀ ਕਾਬੀ ਮੰਿਸਟਰ ਹੀ ਹੁੰਦੇ ਜੇ ਕੰਮ ਹੋਵੇ ਤੇ ਇੱਥੇ ਪਜੇ ਫਿਰਦੇ ਹੁਣ ਕੰਮ ਹੀ ਨਹੀਂ ਉਹ ਸਾਰਾ ਸੈਂਟਰ ਕਰਦਾ ਤੇ ਇਹ ਇੱਥੇ ਆਪਣੀ ਜਗ੍ਹਾ ਪਾੜਦੇ ਵੀ ਸਾਡਾ ਜੇ ਇੱਥੇ ਪੰਜਾਬੀਆਂ ਚ ਪੈਰ ਲੱਗ ਜੇ ਤੇ ਫਿਰ ਉਦੋਂ ਗਾਂ ਅਸੀਂ ਡੇੜੇ ਤੇੜੇ ਹੋਰ ਪੈਰ ਫਸਾਰੀਏ ਮੈਨੂੰ ਨਹੀਂ ਲੱਗਦਾ ਕਿ ਨੀਅਤ ਠੀਕ ਹੈ ਗੱਲਾਂ ਜਰੂਰ ਆ ਮੈਂ ਪੰਜਾਬੀਆਂ ਦਾ ਪੁੱਤ ਮੈਂ ਫਲਾਨਾ ਫਲਾਨਾ ਇੱਕੋ ਗੱਲ ਤੋਂ ਅੰਦਾਜ਼ਾ ਲਾ ਲਓ ਕਿ 12000 13000 ਕਰੋੜ ਰੁਪਇਆ ਸਿੱਧਾ ਹੀ ਫੂਕ ਦੇਣਾ ਇਹ ਤੇ ਵੱਡੀ ਦੇਣ ਵਾਲੀ ਗੱਲ ਹੈ ਨੀਅਤ ਕਾਦੀ ਹੈ ਇਹ ਕੋਈ ਨਹੀਂ ਇਹ ਤਾਂ ਬੋਟਾ ਬੋਟਾ ਇਕੱਠੀਆਂ ਕਰਨ ਦਾ ਤਰੀਕਾ ਹੈ ਤੇ ਸੁਖਵਿੰਦਰ ਅਫਸੋਸ ਨਾ ਕਹਿਣਾ ਪੈਂਦਾ ਵੈਸੇ ਅੱਜ ਪ੍ਰਗਟ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੀਆਂ ਗੱਲਾਂ ਮੈਂ ਕੀਤੀਆਂ ਉਹਨਾਂ ਨੇ ਵੀ ਇਹ ਗੱਲਾਂ ਕਾਫੀ ਉੱਥੇ ਰੱਖੀਆਂ ਆਪਣੇ ਪ੍ਰੈਸ ਨੋਟ 'ਚ ਵੀ ਰੱਖੀਆਂ ਆ ਤੇ ਜੇ ਕੋਈ ਤਾਂ ਮੈਂ ਕਾਪੀ ਤੁਹਾਨੂੰ ਭੇਜ ਦੂੰਗਾ ਇਹ ਕੋਈ ਮੈਂ ਹਵਾ 'ਚੋਂ ਆਪਣੇ ਤੋਂ ਬਣਾ ਕੇ ਅੰਕੜੇ ਨਹੀਂ ਦੱਸਦੇ ਇਹ ਜਿਹੜਾ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਪਹਿਲਾਂ ਤੇ ਇਹ ਦੱਸੋ ਵੀ ਉਹ ਸ਼ਹਿਰ ਦਾ ਮੁਕਾਬਲਾ ਜਿੱਥੇ ਦੇਸ਼ ਦੀ ਰਾਜਧਾਨੀ ਆ ਉਹਦਾ ਪੰਜਾਬ ਦਾ ਮੁਕਾਬਲਾ ਕਿਵੇਂ ਹੋ ਸਕਦਾ ਹੈ ਉਹ ਮਾਡਲ ਕਿਵੇਂ ਹੋ ਸਕਦਾ ਜੇ ਤੁਸੀਂ ਸੂਬੇ ਕਿਸੇ ਦਾ ਹੋਰ ਦਾ ਜਿਹਦਾ ਪੰਜਾਬ ਵਰਗਾ ਸੂਬਾ ਹੈ ਖੇਤੀ ਪ੍ਰਧਾਨ ਹੋਵੇ ਉਹਦਾ ਕੋਈ ਕਰੋ ਬਾਰਡਰ ਤੇ ਹੋਵੇ ਉਹਦਾ ਕਰੋ ਹੋਰ ਵੀ ਚੰਗਾ ਕਸ਼ਮੀਰ ਦਾ ਪੰਜਾਬ ਦੇ ਨਾਲ ਮੁਕਾਬਲਾ ਕਰੋ ਤੇ ਸਮਝ ਪੈਂਦੀ ਆ ਜਾਂ ਹੋਰ ਕਿਸੇ ਦਾ ਰਾਜਸਥਾਨ ਦਾ ਕਰੋ ਸਮਝ ਪੈਂਦੀ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਇਹ ਮਤਲਬ ਹੈ ਸੱਚੀ ਗੱਲ ਇਹੀ ਹੈ ਇਹ ਮੋਦੀ ਨਾ ਹੋਵੇ ਇੱਕ ਚੁਸਤ انسان ਹੈਗੇ ਆਏ ਤੇ ਉਹ ਲੱਗੇ ਹੋਏ ਆਪਣੇ ਇਧਰ ਉਧਰ ਹੱਥ ਪੈਰ ਮਾਰਨ ਮੈਨੂੰ ਲੱਗਦਾ ਪੰਜਾਬੀ ਕਾਫੀ ਸਮਝਦਾਰ ਹੈਗੇ ਬਿਲਕੁਲ ਬਿਲਕੁਲ ਅਖੀਰਲੀ ਖਬਰ ਜਿਹੜੀ ਪ੍ਰੋਫੈਸਰ ਉਹ ਮਮਤਾ ਬੈਨਰਜੀ ਹੋਣਾ ਦੇ ਨਾਲ ਜਦੋਂ ਯੂਪੀਏ ਬਾਰੇ ਸਵਾਲ ਹੁੰਦਾ ਜਦੋਂ ਗੱਲ ਹੁੰਦੀ ਹੈ ਕਿ ਇੱਕ ਨੈਸ਼ਨਲ ਲੈਵਲ ਦੇ ਉੱਤੇ ਮਹਾਜ ਖੜਾ ਕਰਨਾ ਜਿੱਦੇ ਵਿੱਚ ਸਾਰੀਆਂ ਪਾਰਟੀਆਂ ਅੱਗੇ ਹੋਣ ਕਾਂਗਰਸ ਨੇ ਤਾਂ ਜ਼ੋਰ ਲਗਾਇਆ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਅੱਗੇ ਕਰਕੇ ਅਸੀਂ ਟਾਕਰਾ ਦਈਏ 2024 ਦੇ ਵਿੱਚ ਤੇ ਉਦੋਂ ਪਹਿਲਾਂ ਪਹਿਲਾਂ ਜਿਹੜਾ ਯੂਪੀ ਵਗੈਰਾ ਹੋਰ ਜਿੱਥੇ ਜਿੱਥੇ ਚੋਣਾਂ ਨੇ ਪਰ ਜੋ ਕੁਝ ਮਮਤਾ ਪਾਵਰ ਜੀ ਦੀਆਂ ਮਤਲਬ ਕਿ ਸਰਗਰਮੀਆਂ ਉਹਨਾਂ ਦੀਆਂ ਵੀ ਦੇਖਣ ਵਾਲੀਆਂ ਨੇ ਯੂਪੀ ਨੂੰ ਲੈ ਕੇ ਉਹਨਾਂ ਨੇ ਸਿੱਧਾ ਕਿਹਾ ਕਿ ਕੀ ਹੈ ਯੂਪੀ ਵਾਟ ਇਜ਼ ਯੂਪੀ ਗੱਲ ਬੜੀ ਸਾਫ਼ ਹੈਗੀ ਹੈ ਮੋਦੀ ਨੂੰ ਉਹਦੀ ਹੋਸਟ ਕਾਣੇ ਕਰਨ ਲਈ ਜਾ ਉਹਨੂੰ ਡਾਊਨ ਕਰ ਲਈ ਸਭਾ ਸ਼ੇਰ ਚਾਹੀਦਾ ਹੈ ਜੇ ਉਹ ਸ਼ੇਰ ਹੈ ਤੇ ਦੂਜਾ ਸਭਾ ਸੇ ਛੇ ਉਧਰ ਨੂੰ ਤਕੜਾ ਹੋਤਾ ਹੀ ਚਾਹੀਦਾ ਇਹ ਤੇ ਸਿਆਣੇ ਜੇ ਬੰਦੇ ਆ ਸਾਰੇ ਕਾਂਗਰਸ ਵਿੱਚ ਬੀਬੇ ਜੇ ਉਹ ਅਸਰ ਹੀ ਨਹੀਂ ਹੁੰਦਾ ਤੇ ਫੈਰ ਕਰਦੇ ਔ ਠੁੱਸ ਜਿਆ ਹੋ ਜਾਂਦਾ ਉਹ ਉਹਦੇ ਵਰਗੀ ਉਹਦੇ ਵਰਗੀ ਲੇਡੀ ਜਿਹੜੀ ਹੈ ਮਮਤਾ ਬੇਨਰਜੀ ਵਰਗੀ ਜਿਨੇ ਕਿਹਾ ਵੀ ਸੀਗਾ ਕਿ ਮੇਰੇ ਵੜਕੇ ਦੇਖੇ ਪੱਛਮੀ ਬੰਗਾਲ ਚ ਵੜਕੇ ਦੇ ਮੈਂ ਛੇਰ ਨਹੀਂ ਆ ਛੇਰ ਨਹੀਂ ਤਹਾੜ ਮਾਰੂਗੀ ਤਾਂ ਪਤਾ ਲਾ ਦੂਗਾ ਹੈ ਨਾ ਤੁਹਾਡਾ ਗੁਜਰਾਤ ਤੱਕ ਮੇਰੀ ਬਾਤ ਜਾਊਗੀ ਕੀ ਕਰਕੇ ਦਿਖਾਇਆ ਨਾ ਉਹਨੇ ਪਰ ਬੰਦੇ ਸਾਰੇ ਜਿਹੜੇ ਇੱਧਰ ਛੱਡ ਛੱਡ ਕੇ ਭੱਜੇ ਸੀ ਸਾਰੇ ਵਾਪਸ ਲੈ ਲੈ ਉਹ ਉਹੋ ਜਿਹਾ ਤੜਲੇਦਾਰ ਇਨਸਾਨ ਲੀਡਰ ਅੱਜ ਦੇਸ਼ ਦੇ ਵਿੱਚ ਚਾਹੀਦਾ ਜਿਹੜਾ ਠੀਕ ਠਾਕ ਵੀ ਹੋਵੇ ਮੈਂ ਨਹੀਂ ਕਹਿੰਦਾ ਉਹ ਆਈਡੀਆਲ ਹੈ ਠੀਕ ਠਾਕ ਵੀ ਹੋਵੇ ਹੁਣ ਮੈਨੂੰ ਤੇ ਆਪ ਇਹ ਗੱਲ ਦਾ ਲੱਗਦਾ ਕਿ ਬਹੁਤੀਆਂ ਵਿਰੋਧੀ ਪਾਰਟੀਆਂ ਉੱਥੇ ਰੈਲੀ ਰਾਊਂਡ ਕਰਨ ਲੱਗ ਜਾਣਗੀਆਂ ਬਿਸ਼ਰਤੇ ਕਿ ਉਹ ਕਾਂਗਰਸ ਵੱਲ ਕਿਉਂਕਿ ਕਾਂਗਰਸ ਨੂੰ ਇੰਨਾ ਮੌਕਾ ਮਿਲਿਆ ਕਾਂਗਰਸ ਅਜੇ ਤੱਕ ਆਪਣੇ ਆਪ ਨੂੰ ਇੱਕ ਸੋਲਿਡ ਤੌਰ ਤੇ ਸਾਹਮਣੇ ਪੇਸ਼ ਨਹੀਂ ਕਰ ਸਕੀ ਹਾਲਾਂਕਿ ਲਗੇਸੀ ਬਹੁਤ ਹੈ ਨਾਂ ਬਹੁਤ ਹੈ ਬੰਦੇ ਵੀ ਬੜੇ ਚੰਗੇ ਚੰਗੇ ਹੈਗੇ ਆ ਇੰਨਾ ਵੀ ਲੀਡਰਾਂ ਦੇ ਵਿੱਚ ਹੁਣ ਰਾਹੁਲ ਆ ਪ੍ਰਿਅੰਕਾ ਆ ਸੋਨੀ ਕੋਈ ਮਾੜੇ ਲੀਡਰ ਨਹੀਂ ਮੈਂ ਕਹਿ ਰਿਹਾ ਪਰ ਜੋ ਚਾਹੀਦਾ ਰਾਜਨੀਤੀ ਵਿੱਚ ਇੱਥੇ ਕੱਲੀ ਸਿਆਣਪ ਨਹੀਂ ਕੰਮ ਕਰਦੀ ਉੱਥੇ ਤੇ ਅਟੈਕ ਚਾਹੀਦਾ ਉਹ ਜਿਹੜੀ ਬਾਈਟਿੰਗ ਪਾਵਰ ਜਿਹਨੂੰ ਕਹਿੰਦੇ ਆ ਉਹ ਦਿਖਦੀ ਨਹੀਂ ਜਿਸ ਕਰਕੇ ਲੋਕ ਹੌਲੀ-ਹੌਲੀ ਆਪਣਾ ਮਨ ਜਿਹੜਾ ਮਮਤਾ ਵੱਲ ਜ਼ਿਆਦਾ ਬਣਾ ਰਿਹਾ ਤੇ ਇਧਰੋਂ ਥੋੜਾ ਉਹਨਾਂ ਦਾ ਮਨ ਅਚਾਟ ਹੋ ਰਿਹਾ ਇਹਦੇ ਚ ਅਜੇ 2024 ਕਾਫੀ ਦੂਰ ਹੈ ਮੈਨੂੰ ਲੱਗਦਾ ਕਾਫੀ ਤਬਦੀਲੀਆਂ ਹੋਣਗੀਆਂ ਬਿਲਕੁਲ 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 ਸੋ ਸ਼ੁਕਰੀਆ ਪ੍ਰੋਫੈਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਉਹਗੇ ਸਿਆਸੀ ਮਾਰਤ ਪ੍ਰੋਫੈਸਰ ਮਨਜੀਤ ਸਿੰਘ ਦਿੱਲੀ ਦਰਬਾਰ ਦੇ ਵਿੱਚ ਪੰਜਾਬ ਸਰਕਾਰ ਬੈਠੀ ਉੱਥੇ ਜਾ ਕੇ ਕੀ ਕੁਝ ਆਉਂਦਾ ਉਹਦੇ ਉੱਤੇ ਵੀ ਸਾਡੀ ਨਜ਼ਰ ਰਹੇਗੀ ਕਿਸਾਨਾਂ ਨੇ ਅੱਗੋਂ ਕਿਹੜਾ ਪੈਂਤਰਾ ਲੈਣਾ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਜਿੱਥੇ ਬੰਦਿਆਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਕਿ ਅਸੀਂ ਨਹੀਂ ਇੱਥੋਂ ਉੱਠਦੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਅਸੀਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਉਹ ਨਹੀਂ ਮੰਨਿਆ ਜਾਂਦੀ ਅੰਦਰਲੇ ਸਰਕਾਰ ਸਾਨੂੰ ਬੁਲਾ ਕੇ ਸਾਡੇ ਮਸਲਿਆਂ ਦੇ ਉੱਤੇ ਕੋਈ ਫੈਸਲਾ ਨਹੀਂ ਕਰਦੀ ਉਦੋਂ ਤੱਕ ਅਸੀਂ ਵਾਪਸ ਨਹੀਂ ਆਣਾ ਜਿਹੜੀਆਂ ਅਫਵਾਹ ਇਧਰ ਉਧਰੋਂ ਨੇ ਕਿ ਕਿਸਾਨਾਂ ਨੇ ਵਾਪਸ ਆ ਜਾਣਾ ਤਾਂ ਜੋ ਕੁਝ ਵੀ ਹੈ ਉਹ ਚਰਚਾਵਾਂ ਹਲੇ ਹਵਾ ਦੇ ਵਿੱਚ ਹੀ ਨੇ ਉਹਦਾ ਜ਼ਮੀਨੀ ਪੱਧਰ ਦੇ ਉੱਤੇ ਫਿਲਹਾਲ ਕੋਈ ਵੀ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ